हाँ जी सर, गुड मॉर्निंग जी जी। गुड मॉर्निंग मैम। ओके, बस लाइट बस शो कर दो। हो गया मैम। हो गया सर, अब 3 to 4 मिनट स्टार्ट कर दें, ठीक है जी? ओके ओके। ओके सर। जी सर, स्टार्ट कर दिए जी। जी हाँ जी मैम। ठीक है जी। वेलकम टू ऑल। मैं नवजोत सिंह, गवर्नमेंट आईटीआई वुमेन ख्योवाली तो फैशन डिजाइनिंग इंस्ट्रक्टर। मेरा आज का जो टॉपिक है, ड्राफ्टिंग ऑफ जेंट्स ट्राउजर पैंट। सब तो पहले मैं धन्यवाद करना चाहूँगा साढ़े डिपार्टमेंट ऑफ टेक्निकल एजुकेशन एंड इंडस्ट्रियल ट्रेनिंग पंजाब, जिन्हां ने सानू यह निमी का प्लेटफॉर्म दिता ता कि असी तुहाडे नाल रूबरू हो रहे हैं। सब तो पहला मैं गल करांगा मेरी आई टी आई जो कि गवर्नमेंट आई टी आई फॉर वूमेन ख्योवाली, ओनली वूमेन वास्ते यह आई टी आई है जो कि श्री मुक्तसर साहब डिस्ट्रिक्ट है। इतने जिहड़ियां ट्रेड्स चल रही ने मैं वो बारे थोड़ा जहा दसना चाहूँगा। पहला तुहानू कटिंग स्विंग एंड एम्ब्रॉयडरी टीचर्स ट्रेनिंग कोर्स,
2 ਸਾਲ ਕਟਿੰਗ ਟੇਲਿੰਗ ਐਂਡ ਐਮਬ੍ਰਾਇਡਰੀ ਦਾ ਕੋਰਸ ਕਰਨ ਤੋਂ ਬਾਅਦ ਜੋ ਟੀਚਰ ਟ੍ਰੇਨਿੰਗ ਦਾ ਕੋਰਸ ਹੁੰਦਾ ਹੈ ਉਹ ITI ਖਿਵਾਲੀ ਦੇ ਵਿੱਚ ਚੱਲ ਰਿਹਾ ਜਿਹੜਾ ਕਿ 1 ਸਾਲ ਦਾ ਹੈ। ਨੈਕਸਟ ਹੈ ਸਵਿੰਗ ਟੈਕਨੋਲੋਜੀ, ਕਟਾਈ ਸਿਲਾਈ ਦਾ ਜੋ ਵੀ ਕੰਮ ਹੁੰਦਾ ਹੈ ਸਵਿੰਗ ਟੈਕਨੋਲੋਜੀ ਦੇ ਵਿੱਚ ਉਹ ਸਾਰਾ ਇੱਥੇ ਦੱਸਿਆ ਜਾਂਦਾ ਹੈ, 1 ਸਾਲ ਦਾ ਕੋਰਸ ਹੈ ਵੀ। ਨੈਕਸਟ ਹੈ ਸਰਫੇਸ ਓਰਨਾਮੈਂਟੇਸ਼ਨ ਟੈਕਨੀਕਸ, ਜਿਹਨੂੰ ਕਿ ਅਸੀਂ ਕਢਾਈ ਵੀ ਕਹਿ ਦਿੰਦੇ ਹਾਂ, ਇਹ ਕੋਰਸ ਵੀ ਇੱਥੇ ਚੱਲ ਰਿਹਾ। ਫੈਸ਼ਨ ਡਿਜ਼ਾਇਨ ਐਂਡ ਟੈਕਨੋਲੋਜੀ ਦਾ ਕੋਰਸ ਵੀ ਇੱਥੇ ਚੱਲ ਰਿਹਾ ਜਿਹੜੇ ਕਿ 1-1 ਸਾਲ ਦੇ ਨੇ। ਕੰਪਿਊਟਰ ਓਪਰੇਟਰ ਐਂਡ ਪ੍ਰੋਗਰਾਮਿੰਗ ਅਸਿਸਟੈਂਟ, ਕੋਪਾ ਦੀ ਜੋ ਟ੍ਰੇਡ ਹੈ ਉਹ ਵੀ ਇੱਥੇ ਕੰਪਿਊਟਰ ਦੀ ਚੱਲ ਰਹੀ ਹੈ। ਇਹ ਸਾਰੇ ਕੋਰਸ ਜੋ ਮੈਂ ਤੁਹਾਨੂੰ ਦੱਸੇ ਨੇ 1-1 ਸਾਲ ਦੇ ਹੈ। ਇਸ ਤੋਂ ਨੈਕਸਟ ਹੈ ਇਲੈਕਟ੍ਰੋਨਿਕਸ ਮਕੈਨਿਕ, ਕੰਜ਼ਿਊਮਰ ਇਲੈਕਟ੍ਰੋਨਿਕਸ, ICTCM ਇਨਫੋਰਮੇਸ਼ਨ ਟੈਕਨੋਲੋਜੀ, ਡਰਾਫਟਸਮੈਨ ਸਿਵਲ ਜੋ ਕਿ ਨਕਸ਼ਾ ਨਵੀਸਾਲੀ ਨਕਸ਼ੇ ਜੋ ਆਪਾਂ ਘਰਾਂ ਦੇ ਬਣਾਉਂਦੇ ਹਾਂ ਉਹ ਟ੍ਰੇਡ ਹੈ। ਇਹ ਸਾਰੀਆਂ ਚਾਰੇ ਟ੍ਰੇਡਾਂ ਜੋ ਨੇ 2-2 ਸਾਲ ਦੀਆਂ ਟ੍ਰੇਡਾਂ ਨੇ, ਇਹ ਸਾਰੀਆਂ ਟ੍ਰੇਡ ਇੱਥੇ ਚੱਲ ਰਹੀਆਂ ਨੇ। ਸਾਡੇ ITI ਦੇ ਪ੍ਰਿੰਸੀਪਲ ਸ਼੍ਰੀ ਜਗਤਾਰ ਸਿੰਘ ਜੀ ਨੇ ਜੋ ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ ਸਾਡਾ ਮਾਰਗ ਦਰਸ਼ਨ ਕਰਦੇ ਨੇ। ਜਿਹੜੀ ਆ ਤੁਸੀਂ ਫੋਟੋ ਦੇਖ ਰਹੇ ਹੋ ਇਹ ਰੈੱਡ ਰਿਬਨ ਕਲੱਬ ਦੀ ਹੈ। ਸਾਡੇ ITI ਦੇ ਵਿੱਚ ਰੈੱਡ ਰਿਬਨ ਕਲੱਬ ਵੀ ਚੱਲ ਰਿਹਾ ਜੋ ਕਿ ਬੱਚੇ ਏਡਸ ਦੇ ਉੱਪਰ ਜੋ ਦਿਨ ਮਨਾਇਆ ਗਿਆ ਸੀ ਉਸ ਦੇ ਨਾਲ ਰੈਲੀ ਕੱਢ ਰਹੇ ਨੇ। ਪਿੱਛੇ ਤੁਸੀਂ ITI ਖਿਓਵਾਲੀ ਦੀ ਫੋਟੋ ਦੇਖ ਰਹੇ ਹੋ। ਤਾਂ ਨੈਕਸਟ ਜੋ ਮੇਰਾ ਅੱਜ ਦਾ ਟੋਪਿਕ ਹੈ ਡਰਾਫਟਿੰਗ ਆਫ ਜੈਂਟਸ ਟਰਾਊਜ਼ਰ, ਯੂ ਮੇ ਲਰਨ ਟੂਡੇ। ਤੁਸੀਂ ਅੱਜ ਇਸ ਲੈਕਚਰ ਦਿਓ ਕੀ ਸਿੱਖ ਸਕਦੇ ਹੋ ਉਹ ਥੋੜ੍ਹਾ ਜਿਹਾ ਬਰੀਫ ਕਰਾਂਗਾ। ਅ ਬਰੀਫ ਹਿਸਟਰੀ ਆਫ ਟਰਾਊਜ਼ਰਸ, ਟਰਾਊਜ਼ਰ ਦੀ ਹਿਸਟਰੀ ਜੋ ਕਿ ਕਿਉਂ ਇਸ ਦੀ ਖੋਜ ਹੋਈ, ਇੰਟਰੋਡਕਸ਼ਨ ਵਿਦ ਟਰਾਊਜ਼ਰਸ, ਟਰਾਊਜ਼ਰ ਟਰਮੀਨੋਲੋਜੀ, ਡਰਾਫਟਿੰਗ ਆਫ ਜੈਂਟਸ ਟਰਾਊਜ਼ਰ, ਡਰਾਫਟਿੰਗ ਆਫ ਜੀਨ ਪੈਂਟ, ਐਨਾਲਾਈਜ਼ ਆਫ ਟਰਾਊਜ਼ਰ ਫਾਊਂਡੇਸ਼ਨ, ਟਰਾਊਜ਼ਰ ਡੈਰੀਵੇਟਸ ਐਂਡ ਸਟਾਈਲ ਵੇਰੀਏਸ਼ਨ। ਇਹ ਸਾਰੀਆਂ ਜੋ ਚੀਜ਼ਾਂ ਨੇ ਇਹ ਅੱਜ ਅਸੀਂ ਡਿਸਕਸ ਕਰਾਂਗੇ। ਤਾਂ ਨੈਕਸਟ ਹੈ ਤਾਂ ਬਰੀਫ ਹਿਸਟਰੀ ਆਫ ਟਰਾਊਜ਼ਰਸ, ਟਰਾਊਜ਼ਰ ਦੇ ਬਾਰੇ ਥੋੜ੍ਹੀ ਜਿਹੀ ਹਿਸਟਰੀ ਆਪਾਂ ਦੇਖੀਏ ਕੀ ਹੈ ਇਹ, ਕਿੱਥੋਂ ਚੱਲੀ ਹੈ। ਟਰਾਊਜ਼ਰਸ ਹੈਵ ਬੀਨ ਵਰਨ ਇਨ ਦਾ ਵੈਸਟਰਨ ਵਰਲਡ ਸਿੰਸ ਐਂਸੀਐਂਟ ਟਾਈਮ, ਪੁਰਾਣੇ ਸਮੇਂ ਤੋਂ ਹੀ ਪੱਛਮੀ ਸੰਸਾਰ ਦੇ ਵਿੱਚ ਜਿਹੜੇ ਪੈਂਟਾਂ ਦੀ ਹੈ ਪਹਿਨੀਆਂ ਜਾਂਦੀਆਂ ਹਨ। ਦੇ ਆਰ ਨਾਓ ਦਾ ਮੋਸਟ ਕਾਮਨ ਫੋਰਮ ਆਫ ਦਾ ਲੋਅਰ ਬਾਡੀ ਕਲੋਥਿੰਗ ਫੋਰ ਮੈਨ, ਅੱਜ ਦੇ ਸਮੇਂ ਦੇ ਵਿੱਚ ਵੀ ਇਹ ਮਰਦਾਂ ਦੁਆਰਾ ਪਹਿਨਿਆ ਜਾਣ ਵਾਲਾ ਥੱਲੇ ਵਾਲੇ ਬੋਡੀ ਦਾ ਇੱਕ ਆਮ ਕੱਪੜਾ ਹੈ। ਪ੍ਰੈਕਟੀਕਲ ਐਂਡ ਕੰਫਰਟੇਬਲ, ਆਰਾਮਦਾਇਕ ਅਤੇ ਵਿਵਹਾਰਿਕ, ਮਤਲਬ ਆਰਾਮ ਦੇ ਤੌਰ 'ਤੇ ਵੀ ਇਸ ਨੂੰ ਪਹਿਨ ਸਕਦੇ ਹਾਂ ਅਤੇ ਜੋ ਕਿ ਓਫੀਸ਼ੀਅਲ ਦੇ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦੇਅਰ ਆਰ ਨੋ ਵੰਡਰ ਦੈਟ ਦੇ ਹੈਵ ਬੀਨ ਅਡੋਪਟ ਬਾਏ ਬੋਥ ਸੈਕਸਿਸ ਐਜ ਪਾਰਟ ਆਫ ਦੇਅਰ ਐਵਰੀ ਡੇ ਡਰੈਸ, ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਸ ਵਿੱਚ ਕੋਈ ਅਜੀਬ ਜਾਂ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਸ ਨੂੰ ਦੋਨਾਂ ਹੀ ਸੈਕਸ, ਮਤਲਬ ਔਰਤਾਂ ਅਤੇ ਮਰਦਾਂ ਦੋਨਾਂ ਦੁਆਰਾ ਹੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਹਿਨਿਆ ਜਾਂਦਾ ਹੈ, ਅਪਣਾਇਆ ਗਿਆ ਹੈ। ਟਰਾਊਜ਼ਰਸ ਵਰ ਫਸਟ ਇਨਵੈਂਟਡ ਬਿਕੋਜ਼ ਰੋਬਸ ਆਰ ਅਨਕੰਫਰਟੇਬਲ ਟੂ ਵੀਅਰ ਔਨ ਹੋਰਸਬੈਕ, ਟਰਾਊਜ਼ਰ ਦੀ ਸਭ ਤੋਂ ਪਹਿਲਾਂ ਖੋਜ ਕਿਉਂ ਹੋਈ, ਕੋਈ ਕਾਰਨ ਹੀ ਬਣਦਾ ਹੈ ਕਿਸੇ ਚੀਜ਼ ਦੀ ਖੋਜ ਦਾ, ਤਾਂ ਕੀ ਹੈ ਬਿਕੋਜ਼ ਰੋਬਸ ਆਪਾਂ ਕਹਿ ਦਿੰਦੇ ਹਾਂ ਚੋਲਿਆਂ ਨੂੰ ਜੋ ਕਿ ਲੰਬੇ ਲੰਬੇ ਹੁੰਦੇ ਨੇ ਜਿਹੜੇ ਪਹਿਲਾਂ ਰਾਜਾ ਮਹਾਰਾਜਿਆਂ ਦੇ ਪਹਿਨੇ ਹੁੰਦੇ ਸੀ। ਰੋਬਸ ਆਰ ਅਨਕੰਫਰਟੇਬਲ ਟੂ ਵੀਅਰ ਔਨ ਹੋਰਸਬੈਕ, ਘੋੜੇ ਦੇ ਉੱਪਰ ਚੋਲੇ ਨੂੰ ਪਾ ਕੇ ਬੈਠਣਾ ਆਰਾਮਦਾਇਕ ਨਹੀਂ ਸੀ। ਇਨਫੈਕਟ ਦੋਜ਼ ਹੂ ਵਰ ਟਰਾਊਜ਼ਰ ਇਨ ਬੈਟਲ ਵੋਰ ਟਰਾਊਜ਼ਰ ਇਨ ਬੈਟਲ ਹੈਡ ਦਾ ਅਪਰ ਹੈਂਡ ਓਵਰ ਦੋਜ਼ ਹੂ ਵੋਰ ਰੋਬਸ, ਜਿਨ ਲੜਾਈ ਦੇ ਮੈਦਾਨ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਘੋੜਿਆਂ ਦੇ ਉੱਪਰ ਜਿਨ੍ਹਾਂ ਦੇ ਟਰਾਊਜ਼ਰ ਪਹਿਨੇ ਹੁੰਦੇ ਸਨ ਉਹ ਹਾਵੀ ਰਹਿੰਦੇ ਸਨ ਕਿਹਨਾਂ 'ਤੇ, ਜਿਨ੍ਹਾਂ ਦੇ ਚੋਲੇ ਪਹਿਨੇ ਹੁੰਦੇ ਸਨ। ਫੋਰ ਦਿਸ ਰੀਜ਼ਨ ਸਿਵਿਲਾਈਜੇਸ਼ਨ ਆਲ ਓਵਰ ਦਾ ਵਰਲਡ ਅਡੋਪਟ ਦਿਸ ਫੋਰਮ ਆਫ ਡਰੈਸ ਟੂ ਸਰਵਾਈਵ ਬੈਟਲ, ਇਸ ਕਰਕੇ ਸੰਸਾਰ ਦੀਆਂ ਸਾਰੀਆਂ ਹੀ ਸਭਿਅਤਾਵਾਂ ਵੱਲੋਂ, ਸਭਿਅਤਾ ਮਤਲਬ ਸਾਰੇ ਹੀ ਲੋਕਾਂ ਵੱਲੋਂ ਇਸ ਡਰੈਸ ਨੂੰ ਜਾਂ ਇਸ ਪੈਂਟ ਨੂੰ ਅਪਣਾਇਆ ਗਿਆ ਤਾਂ ਕਿ ਉਹ ਲੜਾਈ ਦੇ ਮੈਦਾਨ ਵਿੱਚ, ਜੰਗ ਦੇ ਮੈਦਾਨ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਆਪਣੀ ਯੋਗਤਾ ਦਿਖਾ ਸਕਣ। ਇਹ ਸੀ ਛੋਟਾ ਜਿਹਾ ਹਿਸਟਰੀ ਆਫ ਟਰਾਊਜ਼ਰ, ਵੀ ਇਸ ਦੀ ਖੋਜ ਹੋਣ ਦਾ ਕਾਰਨ ਕੀ ਸੀ। ਨੈਕਸਟ ਹੈ ਇੰਟਰੋਡਕਸ਼ਨ, ਟਰਾਊਜ਼ਰਸ ਔਰ ਪੈਂਟਸ ਆਰ ਐਨ ਆਈਟਮ ਟੂ ਕਲੋਥਿੰਗ ਦੈਟ ਵਰਨ ਫਰੋਮ ਦਾ ਵੇਸਟ ਟੂ ਐਂਕਲ,
covering both legs separately. Trousers are worn on the hips or waist and are often held by buttons, elastics, belts, or suspenders. Trousers were initially worn by men, but now it is worn and liked equally by men and women. Pants have also been developed into different styles. मतलब ट्राउजर जो है एक वस्त्र दी वस्त्र है जो कि कमर तो लैके गिट्टियां दे तक पहना जाता है। दोवें लत्तां नूं अलग अलग ढक लैंदा है। ट्राउजर नूं कुल्ले कुल्ले जिन्हों आपां हिप कह दिंदे हां हिप जां कमर ते पहने जांदे हन ते अक्सर बटना हुक्का इलास्टिक बैल्टां जां गैल्स सस्पेंडर्स नूं आपां इत्थे गैल्स कहने हां जो कि पेंट नूं फड़दे हन जां पकड़ के रखदे हन। ट्राउजर पहलां सिर्फ मर्दां द्वारा पहने जांदे सन पर हुण इह पुरशां ते औरतां द्वारा बराबर पहनिया ते पसंद कीता जाण वाला वस्त्र है। पेंटां नूं वख-वख स्टाइल दे विच विकसित कीता गया है। उह किहड़े ने उह आपां अगे डिस्कस करांगे। नैक्सट अपने कोले है ट्राउजर टर्मिनोलॉजी। ट्राउजर टर्मिनोलॉजी की है? जदों आपां पेंट की ड्राफ्टिंग करनी है या शरीर के नाप लेने हैं तो उस वेले कड़िया गल्लां ने जो आपां ध्यान से रखनिया ने या केड़ियां वो शब्द ने जिहड़े वरतों जांदे ने। द फॉलोइंग टर्म्स रिलेट टू द पेंट ड्राफ्ट द ह्यूमन बॉडी एंड द पेंट एज गारमेंट। यह जिहड़ियां हेठ लिखियां गल्लां ने वो पेंट दे ड्राफ्ट मनुखी शरीर अते गारमेंट दे तौर ते पेंट दे नाल संबंधित हैं। ट्राउजर टर्मिनोलॉजी दे विच सब तो पहला आपां क्रॉच। क्रॉच की है? बेस ऑफ द टोरसो वेयर लैग्स ज्वाइन द बॉडी। टोरसो आपां धड़ नूं कह दिंदे आ मनुखी शरीर दा धड़ है जो उस दे विच जिथों अपनियां लैग्स ज्वाइन करदियां ने उस जगह नूं आपां क्रॉच दा नाम दिंदे आ। द बेस ऑफ द टोरसो वेयर लैग्स ज्वाइन द बॉडी ओह जगह ओह जिथे धड़ दे नाल लत्तां ज्वाइन करदियां ने उस नूं क्रॉच दा नाम दिता जांदा। नैक्सट है क्रॉच डेप्थ। हुण क्रॉच डेप्थ की है? द डिस्टेंस फ्रॉम वेस्ट टू बेस ऑफ क्रॉच ऑफ फिगर। फिगर दे विच कमर तो लैके तुसी फोटो दे विच भी देख सकते हो कमर तो लैके जिस जगह ते लत्तां शुरू हुंदियां ने उस तक दी लंबाई नूं जां गहराई नूं की कहिंदे ने क्रॉच डेप्थ दा नाम दिता जांदा है। ये वर्ड तुसी ध्यान नाल याद रखने ने क्योंकि पेपर दे विच अपना हिप की लंबाई या इस तरह के वर्ड यूज नहीं होंगे उत्थे यही क्रॉच लेंथ क्रॉच डेप्थ क्रॉच पॉइंट इदां के वर्ड यूज होंगे। तो नैक्सट है क्रॉच लेंथ या राइज। अ मेजरेबल डिस्टेंस फ्रॉम द सेंटर फ्रंट वेस्ट अराउंड क्रॉच बेस टू द सेंटर बैक वेस्ट। तो इतने तुम की समझते हो सेंटर फ्रंट कितने है? जिथे अपना बिल्कुल जिप लगी होंगी है वो सेंटर फ्रंट होंदा है। ते सेंटर बैक किथे होंदा है? जिथे आपां लास्ट ते कमर दी सिलाई लगाने हाँ दैट इज सेंटर बैक। सेंटर बैक ते सेंटर फ्रंट तो लैके जो गोलाई दे विच सारा नाप है तुसी आप फोटो च देख सकते हो क्रॉच लेंथ लिखी हुई है गोलाई दे विच इथों सेंटर फ्रंट तो शुरू होके सेंटर बैक तक जो है यह क्रॉच लेंथ है या क्रॉच राइज है। ठीक है। नेक्स्ट अपने को है क्रॉच एक्सटेंशन। क्रॉच एक्सटेंशन की है? एन एक्सटेंशन ऑफ क्रॉच लाइन एट सेंटर फ्रंट एंड बैक दैट प्रोवाइड्स कवरिंग फॉर द इनर पार्ट ऑफ लेग। एक्सटेंशन क्रॉच लाइन जो अपनी बनी हुई है सेंटर फ्रंट या बैक फ्रंट। सेंटर फ्रंट कितने अपना हिप का एक बड़ा चार करके अपना सेंटर ले लिया। नैक्सट उस अगे जो आप अगे वधाने ताकि अपना लत्तां दा अंदरला हिस्सा जो है वह कवर हो सके उस चीज़ नूं कहिंदे ने क्रॉच एक्सटेंशन। मतलब सेंटर फ्रंट या सेंटर ब्रैक बैक तो जो चीज़ आप अगे वधाने हाँ उसनूं क्रॉच एक्सटेंशन कहिंदे ने। क्रॉच पॉइंट एंड ऑफ क्रॉच एक्सटेंशन। क्रॉच पॉइंट की है? जिन्ना असी क्रॉच एक्सटेंशन वधा लिया सेंटर फ्रंट तो या सेंटर बैक तो लैके जिन्ना असी एक्सटेंशन वधा लिया एक्सटेंशन का बिल्कुल एंड जिथे वह खत्म हो गई लाइन उसनों की कहिंदे ने क्रॉच पॉइंट। नैक्सट है क्रॉच लैवल।
क्रॉच लेवर डिवाइडिंग लाइन विच इज सपरेटिंग द टोरसो फ्रॉम द लेग लाइन ऑफ द पेंट। अक्सर ही अपना लगाने आसन का आसन की सिलाई लगाने आसन की लाइन लगाने तो वो की करती है उस लाइन का काम की है डिवाइडिंग लाइन विच इज सपरेटिंग फॉर द टोरसो फ्रॉम द लेग लाइन मतलब लत की लंबाई नालों जिथों टोरसो मतलब धड़ नूं वख शो करती है वो होंदी है क्रॉच लैवल। नैक्सट है आउट सीम साइड सीम ज्वाइनिंग फ्रंट एंड बैक ऑफ द पेंट। साइड सीम फ्रंट अते बैक अगले अते पिछले हिस्से नूं जो जोड़दी है उसनूं आपां साइड सीम जिधरले पासे अपनियां साइड जेबां लगियां ने उसनूं आपां सारा उपर तो थले तक साइड सीम का नाम दिंदे हां। इन सीम सीम बिटवीन द लैग्स ज्वाइनिंग फ्रंट एंड बैक ऑफ पार्ट पेंट अंदरली लत्तां दे अंदरली साइड अगले अते पिछले हिस्से नूं आपस च जोड़दी है उसनूं इन सीम का नाम दिता जांदा है। ये सी अपना ट्राउजर की टर्मिनोलॉजी मतलब जदों असी ड्राफ्टिंग करनी है तो ये चीज़ा जड़ियाँ ने अपने जा ड्राफ्टिंग करनी है जा स्टिचिंग करनी है ये वर्ड जेड़े वार वार यूज होंगे पेपर दे विच इन्ना विचों काफ़ी क्वेश्चन भी बन सकते हैं जिमें वट इज़ क्रॉच एक्सटेंशन वट इज़ क्रॉच पॉइंट तो एक लाइन के इन्ह का मैं थोड़ा तो डिफाइन करके दसिया ताकि तो इज टू द पॉइंट पता हो उ जो ये ऑप्शन लिखी होगी तो तुम बिना किसी डर तो उसनों टिक कर सकते। नैक्सट अपने को है इंपोर्टेंट मेजरमेंट ऑफ ड्राफ्टिंग आप ड्राफ्टिंग शुरू कर लगे हैं जेंट्स ट्राउजर की वो वास्ते की जरूरी नाप आप चाहिए ने वो आप पहला देखते दे हाँ। सब तो पहला है कुल लंबाई 104 सेंटीमीटर इनसाइड लैग आप हमने इनसीम की गल करके हटे हाँ इनसाइड लैग की जोड़ा लेंथ है वो अपने को होएगी तो अपने को अपने आप ही जोड़ा चौली या आसन या क्रॉच का नाप है वह खुद ब खुद आ जाएगा। इनसाइड लैग जिन्हों जे मैं टेलर प्रोफेशनल दे विच दसा तो इसनों गिदड़ी का नाम भी दिता जाता जेडे टेलरिंग प्रोफेशन के नाल रिलेटड ने उन्होंने इस गल का पता होएगा कि इनसाइड लैग नूं पंजाबी दे विच गिदड़ी भी कहा जाता है तो इसका जोड़ा नाप है 73 सेंटीमीटर है कमर 76 सेंटीमीटर हिप का जो नाप है 92 सेंटीमीटर बॉटम जिन्हों आप मूरी कह दें 43 सेंटीमीटर है और बैल्ट की चौड़ाई जो है 4 सेंटीमीटर ये जरूरी नाप जो अपन ड्राफ्टिंग करने वास्ते जरूरी ने तो हूँ अपना शुरू होंगे ड्राफ्टिंग ऑफ जेंट्स ट्राउजर। सब तो पहला फ्रंट की आप ड्राफ्टिंग करा फस्ट है 0 to 1 कुल लंबाई माइनस बैल्ट की चौड़ाई जड़ी कुल लंबाई अपने को है 104 सेंटीमीटर और 4 सेंटीमीटर आप माइनस करनी है बैल्ट की चौड़ाई तो अपने को जोड़ा 0 to 1 आ जाएगा 100 सेंटीमीटर। नैक्सट है 1 to 2 इनसाइड लैग माइनस 1 सेंटीमीटर इनसाइड लैग अपने को 73 सेंटीमीटर है वो 1 सेंटीमीटर माइनस करना है ईज वास्ते ताकि बिल्कुल नाल जड़ी चौली अपनी जा आसन जड़ा है बिल्कुल नाल ना खावे तो वो उस वास्ते आप 1 सेंटीमीटर माइनस किया है तो 72 सेंटीमीटर अपना इनसाइड लैग का नाप है। 2 to 3 1 to 2 का अद्ध माइनस 5 सेंटीमीटर 2 to 3 आप लेना गोडे का लैवल नी लैवल मतलब गोडा अपना कितने जो होंगे वह आप किस तरह लें 1 to 2 जो आप इनसाइड लैग ली है उसका अद्ध करके माइनस 5 सेंटीमीटर इनसाइड लैग आप 72 सेंटीमीटर ली है वह अद्ध करेंगे तो 36 सेंटीमीटर आ गया और माइनस 5 सेंटीमीटर किया तो आप 31 सेंटीमीटर जड़ा है अपने को 2 to 3 आ गया मतलब गोडे का लैवल 3 तो आ गया अपने को नी लैवल। नैक्सट है 2 to 4 हिप का 1/4 प्लस 4 सेंटीमीटर हिप का 1/4 प्लस 4 सेंटीमीटर अपने को आ गया क्रॉच लैवल की आ गया हिप अपने को 92 सेंटीमीटर है वह 1/4 23 सेंटीमीटर प्लस 4 किया तो 27 सेंटीमीटर अपने को हिप का लैवल आ गया। नैक्सट है 4 to 5 4 to 5 क्रॉच एक्सटेंशन मैं नाल तो दस रहा जे वर्ड मैं पहला तो दसे ने अंग्रेजी के इंग्लिश के ताकि इतने पता लग जाए कि जगह पर किस वर्ड की वरतों होनी है
नेक्स्ट है 4 to 5 क्रॉच एक्सटेंशन, हिप का 1/12 - 2.5 cm, हिप का 1/12 = 7.5 cm बनता, वो माइनस 2.5 cm किया तो 5 cm 4 to 5 क्रॉच एक्सटेंशन अपने को आ गया। नैक्सट है 0 to 6 कमर का 1/4 प्लस 7 cm प्लेट ले, अपनी डबल प्लीटड पेंट है जिदे 7 cm प्लीट्स वास्ते रखे है, दो प्लीट तुसी देख रहे हो फिगर दे विच तुहानू नज़र आ रहे ने, तो कमर 0 to 6 आप लई है, 0 to 6 कमर का 1/4 प्लस 7 cm प्लीट्स ले, कमर अपने को 76 cm है, वह 1/4 किया 19 cm प्लस 7 cm जो आप प्लीट्स ले रखे वो प्लस किया तो 26 cm अपने को 0 to 6 कमर का माप आ जाएगा। 4 to 7 हिप का 1/8 प्लस 1.5 cm, 4 to 7 आप उपर नू लेना गुलाई वास्ते ही हुंदा जिहड़ी आप क्रॉच लेंथ गुलाई दे विच लेने हैं, उस ते गुलाई कितों शुरू होनी है उस वास्ते ही आप पॉइंट लिया, हिप का 1/8 प्लस 1.5 cm 11.5 cm बनता है, 1/8 प्लस 1.5 13 cm आप 4 to 7 लेना। नैक्सट है 4 to 8 4 to 5 का अध प्लस 75 cm, 4 to 5 आप लिया 5 cm वह अद अपने को 2.5 cm आ गया, तो उस 75 cm आप प्लस किया 3.25 cm अपना 4 to 8 आएगा, इतने थोड़ा जहा टाइपिंग मिसटेक है 3.75 लिखा गया, तो तुम इतने 3.25 cm लेना है। 5 to 9 2 cm, 5 to 9 अंदर नू लेना है 2 cm। नैक्सट 4 to 11 2 to 11 4 to 10 तो 2 to 11 ये अपना हिप लाइन आ जाएगी जिथे अपनी प्रॉपर हिप का उच्चा हिस्सा होंदा है, तो की है हिप का 1/12 साइज आ गया 7.65 cm 4 to 10 तो 2 to 11 दोनों बराबर। नैक्सट है 2 to 12 2 to 5 का अध, हूँ 2 to 12 आप की लिया क्रीज लाइन लई है, क्रीज लाइन 2 to 5 का जिन्ना नाप सी उसका अध करके 2 to 12 अपने खुले 12 नंबर पॉइंट आ गए। नैक्सट है 3 to 13 1 to 14 2 to 12 के बराबर, 3 अपने को नी लैवल सी 1 अपने को फुल लेंथ तक सी, तो 1 तो अपनी की है मूरी का नाप आएगा, 3 तो अपने को गोडे का नाप आएगा, तो नैक्सट इन्हों उस तरह ही जिमें 2 to 12 आप लिया उन्ना ही 3 to 13 उन्ना ही 1 to 14 करके क्रीज लाइन है जी पूरी कर लेनी। नैक्सट है 14 to 15 तो 14 to 16 14 to 15 अपने को है 14 नंबर पॉइंट अपने को क्रीज लाइन है मोरी के उपर, तो मोरी का अपना नाप किमें लेना है 14 to 15 तो 14 to 16 मोरी का 1/4 मोरी अपने को कि है 43 cm, तो वह 1/4 अपने को 10.75 cm 14 to 15 तो 10.75 cm 14 to 16। नैक्सट अपने को है 13 to 17 तो 13 to 18 गोडे तो आप रखना है मोरी का 1/4 प्लस 1.5 cm, मोरी का 1/4 किया तो 10.75 प्लस 1.5 cm 12.25 cm अपने को 13 to 18 तो 13 to 17 का नाप है। 6 to 19 कमर तो आप बिल्कुल 1 cm की शेप देनी है, मतलब कमर नू थोड़ा जा थले जिस तरह आप कंधे की स्लोप दें हाँ उसी तरह ही कमर के विच भी आप इस तरह 6 to 19 थोड़ी जी 1 cm की शेप देनी है। 0 to 20 2 to 12 के बराबर, 0 to 20 जिमें आप 2 to 12 क्रीज लाइन लई सी उस तरह ही 0 to 20 पॉइंट ले लिया जिस आप हूँ आप अपना वड्डा प्लीट है जिहड़ा फ्रंट का वह पावांगे, उस बिल्कुल सेंटर के विच आंदा है। भी तो 21 ते 20 to 22 टोटल 4 cm, 20 to 21 2 ते 20 to 22 2 टोटल 4 cm का एक प्लीट ले लिया आप। नैक्सट है 22 to 23 3 cm, 22 to 23 3 cm है दोने प्लीट के विचकार दूरी है दूसरा प्लीट कितने पाना। नैक्सट है 23 to 24 3 cm,
23 ਤੋਂ 24 3 ਸੈਂਟੀਮੀਟਰ ਪਲੀਟ ਲਈ ਹੈ, ਜਿਹੜਾ ਆਪਾਂ 7 ਸੈਂਟੀਮੀਟਰ ਕਮਰ ਦੇ ਵਿੱਚ 0 ਤੋਂ 6 ਦੇ ਵਿੱਚ ਰੱਖਿਆ ਸੀ ਉਹ ਆਪਾਂ ਪਲੀਟਸ ਦੇ ਵਿੱਚ ਕਵਰ ਕਰ ਲਿਆ। ਹੁਣ ਆਪਣੇ ਕੋਲ ਐਕੂਰੇਟ ਸਾਈਜ਼ ਕਮਰ ਦਾ 1/4 ਰਹਿ ਜਾਏਗਾ ਜਦੋਂ ਤੁਸੀਂ ਇਹ ਪਲੀਟ ਨੂੰ ਤਿਆਰ ਕਰਦੇ। ਨੈਕਸਟ ਹੈ 25 ਤੋਂ 26 ਹਿਪ ਦਾ 0 ਤੋਂ 25 2.5 ਸੈਂਟੀਮੀਟਰ। 0 ਤੋਂ 25 ਕੀ ਹੈ? 2.5 ਸੈਂਟੀਮੀਟਰ, ਜਿੱਥੋਂ ਆਪਣਾ ਜੇਬ ਦਾ ਮੂੰਹ ਸ਼ੁਰੂ ਹੋਣਾ ਹੈ। ਤਾਂ ਜੇਬ ਦਾ ਮੂੰਹ ਆਪਾਂ ਕਿੰਨਾ ਰੱਖਣਾ ਹੈ? 25 ਤੋਂ 26 ਹਿਪ ਦਾ 1/6 15.33 ਸੈਂਟੀਮੀਟਰ, ਜਿਹੜਾ ਆਪਣੀ ਸਾਈਡ ਜੇਬ ਲਗਾਉਣੀ ਹੈ ਆਪਾਂ ਉਸਦਾ ਮੂੰਹ ਰੱਖਣਾ ਹੈ, ਜਾਂ ਆਪਾਂ ਉਹਨੂੰ ਦਰਵਾਜ਼ਾ ਕਹਿ ਦਿੰਦੇ। ਤਾਂ ਇਹ ਸੀ ਆਪਣਾ ਡਰਾਫਟਿੰਗ ਆਫ ਚੈਂਟਸ ਟਰਾਊਜ਼ਰ ਦੀ ਫਰੰਟ ਦੀ ਡਰਾਫਟਿੰਗ। ਇਸ ਤੋਂ ਅੱਗੇ ਆਪਾਂ ਕਰਾਂਗੇ ਬੈਕ ਦੀ ਡਰਾਫਟਿੰਗ। ਸਭ ਤੋਂ ਪਹਿਲਾਂ ਹੈ 5 ਤੋਂ 27, ਜਿਹੜਾ ਫਰੰਟ ਦੀ ਆਪਾਂ ਡਰਾਫਟਿੰਗ ਕੀਤੀ ਸੀ ਉਸੇ ਦੀ ਹੀ ਡੋਟਡ ਲਾਈਨ ਦੇ ਨਾਲ ਮੈਂ ਫਰੰਟ ਦੀ ਡਰਾਫਟਿੰਗ ਲਈ ਹੈ, ਕਿਉਂਕਿ ਆਪਾਂ ਜੋ ਬੈਕ ਹੈ ਉਹ ਫਰੰਟ ਦੇ ਆਧਾਰ ਤੇ ਹੀ ਅੱਗੇ ਵਧਾਈ ਜਾਵੇਗੀ। ਕੁਛ ਪੁਆਇੰਟ ਨੇ ਅੱਗੇ ਵਧਣੇ ਨੇ, ਫਰੰਟ ਤੋਂ ਹੀ ਬੈਕ ਅੱਗੇ ਵਧਣੀ ਹੈ। ਤਾਂ ਤੁਸੀਂ ਦੇਖ ਰਹੇ ਹੋ ਫਿਗਰ ਦੇ ਵਿੱਚ ਜਿੱਥੇ ਜਿੱਥੇ ਆਪਣਾ ਫਰੰਟ ਦੇ ਡਰਾਫਟਿੰਗ ਹੋਈ ਹੋਈ ਸੀ ਉੱਥੇ ਮੈਂ ਸਾਰੀਆਂ ਡੋਟਡ ਲਾਈਨਸ ਲੈ ਲਈਆਂ ਨੇ। ਤਾਂ ਹੁਣ ਇਹਦੇ 'ਚ ਤੁਹਾਨੂੰ ਸਿਰਫ ਇੱਕ ਉੱਭਰ ਕੇ ਜੋ ਨਜ਼ਰ ਆ ਰਿਹਾ ਉਹ ਬੈਕ ਪੀਸ ਹੀ ਨਜ਼ਰ ਆ ਰਿਹਾ। ਤਾਂ ਨੈਕਸਟ ਜੋ ਹੈ 5 ਤੋਂ 27, ਇਹ 5 ਤੋਂ 6.5 ਸੈਂਟੀਮੀਟਰ ਤੁਸੀਂ ਰੱਖ ਸਕਦੇ ਹੋ ਜੋ ਬੈਕ ਵਧਾਉਂਦੇ ਆਪਾਂ। ਇਹਦਾ ਫਾਰਮੂਲਾ ਵੀ ਤੁਸੀਂ ਲਗਾ ਸਕਦੇ ਹੋ, ਹਿਪ ਦਾ 1/12 ਮਾਈਨਸ 2.5 ਸੈਂਟੀਮੀਟਰ ਜਾਂ 1.5 ਸੈਂਟੀਮੀਟਰ ਜਾਂ 1 ਸੈਂਟੀਮੀਟਰ, ਮਤਲਬ ਘੱਟੋ ਘੱਟ 5 ਸੈਂਟੀਮੀਟਰ ਤੁਸੀਂ ਵਧਾਉਣਾ ਹੈ। ਵੱਧ ਤੁਸੀਂ ਤੁਹਾਡੀ ਮਰਜ਼ੀ ਹੈ, 6.5 ਵੀ ਰੱਖ ਸਕਦੇ ਹੋ, ਤੁਸੀਂ ਲੂਜ਼ ਰੱਖਣਾ ਹੈ, ਜੇ ਟਾਈਟ ਰੱਖਣਾ ਤਾਂ 5 ਵੀ ਰੱਖ ਸਕਦੇ। ਨੈਕਸਟ ਹੈ 17 ਤੋਂ 28, ਗੋਡੇ ਤੋਂ ਕਿੰਨਾ ਵਧਾਉਣਾ ਹੈ? 17 ਨੰਬਰ ਪੁਆਇੰਟ ਆਪਣਾ ਗੋਡੇ ਦਾ, 17 ਤੋਂ 28 ਹੈ 3 ਸੈਂਟੀਮੀਟਰ, 15 ਤੋਂ 29 ਹੈ 2.5 ਸੈਂਟੀਮੀਟਰ, ਮੂਰੀ ਤੋਂ ਕਿੰਨਾ ਵਧਾਇਆ 2.5 ਸੈਂਟੀਮੀਟਰ, 7 ਤੋਂ 30, 7 ਤੋਂ 30 ਹੈ 2.5 ਸੈਂਟੀਮੀਟਰ, ਜੋ ਕਿ ਆਪਾਂ 7 ਨੰਬਰ ਪੁਆਇੰਟ ਲਿਆ ਸੀ ਫਰੰਟ ਦੀ ਗੁਲਾਈ ਕਿੱਥੋਂ ਸ਼ੁਰੂ ਹੁੰਦੀ ਸੀ, ਅਤੇ 30 ਨੰਬਰ ਆਪਾਂ ਪੁਆਇੰਟ ਲਿਆ ਬੈਕ ਦੀ ਗੁਲਾਈ ਕਿੱਥੋਂ ਸ਼ੁਰੂ ਹੋਣੀ ਹੈ। 6 ਤੋਂ 31, 6 ਆਪਣਾ ਕਮਰ 'ਤੇ ਸੀ ਪੁਆਇੰਟ, ਉੱਥੋਂ 2.5 ਸੈਂਟੀਮੀਟਰ ਅੰਦਰ ਨੂੰ ਲਿਆ 31, ਕਿਉਂਕਿ ਬੈਕ ਥੋੜ੍ਹੀ ਜਿਹੀ ਪਿੱਛੇ ਨੂੰ ਹਟਦੀ ਹੈ। ਨੈਕਸਟ ਹੈ 31 ਤੋਂ 32, 2.5 ਸੈਂਟੀਮੀਟਰ, 31 ਤੋਂ 32 ਉੱਪਰ ਨੂੰ ਲੈਣਾ, ਉੱਪਰ ਨੂੰ ਵਧਾਉਣਾ 2.5 ਸੈਂਟੀਮੀਟਰ, 27 ਤੋਂ 33, 27 ਪੁਆਇੰਟ ਤੋਂ ਆਪਾਂ 1 ਸੈਂਟੀਮੀਟਰ ਥੱਲੇ ਨੂੰ 33 ਨੰਬਰ ਪੁਆਇੰਟ ਲੈਣਾ 1 ਸੈਂਟੀਮੀਟਰ। ਨੈਕਸਟ ਹੈ 32 ਤੋਂ 34 ਕਮਰ, ਇਹ ਪੁਆਇੰਟ ਥੋੜ੍ਹਾ ਜਿਹਾ ਧਿਆਨ ਨਾਲ ਸਮਝੋ, 32 ਤੋਂ 34 ਕਮਰ ਲੈਣੀ ਹੈ ਆਪਾਂ, ਕਮਰ ਦਾ 1/4 ਪਲੱਸ 3 ਸੈਂਟੀਮੀਟਰ। ਇਸ ਦੇ ਵਿੱਚ ਵੀ ਸੇਮ ਉਹੀ ਚੀਜ਼ ਹੈ, 3 ਸੈਂਟੀਮੀਟਰ ਜੋ ਆਪਾਂ ਰੱਖਿਆ ਉਹ ਬੈਕ 'ਤੇ ਜੋ ਡਾਟ ਪੈਣੀ ਹੈ ਉਹ ਪਲੱਸ ਕੀਤਾ, ਬਾਕੀ ਦਾ ਜਿਹੜਾ 1/4 ਹੈ ਉਹ ਆਪਣਾ ਕਮਰ ਦਾ ਹਿੱਸਾ। ਤਾਂ ਕਮਰ ਆਪਣੇ ਕੋਲ ਆ ਗਈ, ਕਮਰ ਦਾ 1/4 19 ਪਲੱਸ 3 ਸੈਂਟੀਮੀਟਰ 22 ਸੈਂਟੀਮੀਟਰ। 34 ਤੋਂ 35 ਹਿਪ ਦਾ 1/12, 34 ਤੋਂ 35 ਜੋ ਹੈ ਹਿਪ ਦਾ 1/12 ਪਲੱਸ 1.5 ਸੈਂਟੀਮੀਟਰ, ਇਹ ਆਪਾਂ ਕੀ ਲਿਆ? ਜਿੱਥੇ ਆਪਣਾ ਡਾਟ ਆਏਗਾ, ਡਾਟ ਦੀ ਲੋਕੇਸ਼ਨ, ਹਿਪ ਦਾ 1/12 ਪਲੱਸ 1.5 ਸੈਂਟੀਮੀਟਰ, 7.65 ਪਲੱਸ 9.15 ਸੈਂਟੀਮੀਟਰ 'ਤੇ ਆਪਣਾ ਡਾਟ ਦੀ ਲੋਕੇਸ਼ਨ ਆ ਗਈ ਜਿੱਥੇ ਆਪਾਂ ਡਾਟ ਪਾਉਣਾ ਹੈ। ਉਸ ਤੋਂ ਅੱਗੇ ਹੈ 35 ਤੋਂ 36 ਅਤੇ 35 ਤੋਂ 37 1.5 ਸੈਂਟੀਮੀਟਰ, ਟੋਟਲ 3 ਸੈਂਟੀਮੀਟਰ ਦਾ ਡਾਟ ਪਾਉਣਾ ਹੈ। ਤਾਂ ਹਾਫ ਹਾਫ ਕਰਕੇ ਉਹਦਾ 35 ਤੋਂ 36 ਡੇਢ ਅਤੇ 35 ਤੋਂ 37 1.5 ਸੈਂਟੀਮੀਟਰ ਦਾ ਆਪਾਂ ਡਾਟ ਲੈਣਾ ਹੈ। ਇਹਦੀ ਲੈਂਥ ਕਿੰਨੀ ਲੈਣੀ ਹੈ ਡਾਟ ਦੀ? 35 ਤੋਂ 38 ਹਿਪ ਦਾ 1/8 ਕਿੰਨੀ ਆ ਗਈ? 11.5 ਸੈਂਟੀਮੀਟਰ। ਨੈਕਸਟ ਹੈ 35 ਤੋਂ 39, 35 ਤੋਂ 39 ਪੁਆਇੰਟ ਆਪਾਂ ਲਿਆ ਬੈਕ ਜੇਬ ਜਿਹੜੀ ਆਪਾਂ ਲਗਾਉਣੀ ਆ ਉਹਦੀ ਲੋਕੇਸ਼ਨ ਦਾ ਪੁਆਇੰਟ ਹੈ ਇਹ, ਕਿੰਨੀ ਨੀਵੀਂ ਲਗਾਉਣੀ ਉੱਪਰੋਂ? 35 ਤੋਂ 39 ਹਿਪ ਦਾ 1/12 ਪਲੱਸ ਹਿਪ ਦਾ 1/12 7.65 ਸੈਂਟੀਮੀਟਰ, 39 ਤੋਂ 40 ਅਤੇ 39 ਤੋਂ 41 ਹਿਪ ਦਾ 1/16, ਮਤਲਬ ਜੇਬ ਦਾ ਜੋ ਦਰਵਾਜ਼ਾ ਜਾਂ ਮੂੰਹ ਕਿਹਨੂੰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਕਿੰਨਾ ਰੱਖਣਾ? ਹਿਪ ਦਾ 1/16 5.75 ਸੈਂਟੀਮੀਟਰ। ਤਾਂ ਇਹ ਤੁਹਾਡਾ ਫਰੰਟ ਅਤੇ ਬੈਕ ਦੋਨੇ ਡਰਾਫਟਿੰਗ ਕੰਪਲੀਟ ਹੋ ਚੁੱਕੀਆਂ ਨੇ। ਨੈਕਸਟ ਆਪਣੇ ਕੋਲ ਹੈ ਡਰਾਫਟਿੰਗ ਆਫ ਵੇਸਟ ਬੈਂਡ, ਵੇਸਟ ਬੈਂਡ ਦੀ ਜੋ ਡਰਾਫਟਿੰਗ ਹੈ
ਉਹਨੂੰ ਆਪਾਂ ਹੁਣ ਦੇਖਦੇ ਹਾਂ 0 ਤੋਂ 1 4 ਸੈਂਟੀਮੀਟਰ ਜੋ ਕਿ ਆਪਾਂ ਚੌੜਾਈ ਲਈ ਹੈ, 0 ਤੋਂ 2, 2 ਤੋਂ 3 ਕਮਰ ਦਾ 1/4 19 ਸੈਂਟੀਮੀਟਰ, 3 ਤੋਂ 4 ਅੱਗੇ ਵਧਾਉਣਾ ਜਿਸ 'ਤੇ ਆਪਣੀਆਂ ਹੁੱਕਾਂ ਲੱਗੀਆਂ ਹੁੰਦੀਆਂ ਨੇ ਉਹ ਆਪਣਾ ਫਲੈਪ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਹਿਪ ਦਾ 1/6 ਅਤੇ 15.33 ਸੈਂਟੀਮੀਟਰ। ਨੈਕਸਟ ਹੈ 4 ਤੋਂ 5, 0 ਤੋਂ 1 ਦੇ ਬਰਾਬਰ ਦੋਨੇ ਪਾਸੇ ਬਰਾਬਰ ਲੰਬਾਈ, 1 ਤੋਂ 6, 0 ਤੋਂ 2 ਦੇ ਬਰਾਬਰ, 6 ਤੋਂ 7, 2 ਤੋਂ 3 ਦੇ ਬਰਾਬਰ। ਸੇਮ ਇਸੇ ਤਰ੍ਹਾਂ ਹੀ ਇਹ ਸੀਗਾ ਆਪਣਾ ਲੈਫਟ ਵੇਸਟ ਬੈਂਡ। ਅੱਗੇ ਹੈ ਰਾਈਟ ਵੇਸਟ ਬੈਂਡ ਜਿਸ ਦੇ ਵਿੱਚ 8 ਤੋਂ 10, 10 ਤੋਂ 11, 8 ਤੋਂ 9 4 ਸੈਂਟੀਮੀਟਰ, 8 ਤੋਂ 10 ਅਤੇ 10 ਤੋਂ 11 ਕਮਰ ਦਾ 4 ਸੈਂਟੀਮੀਟਰ, ਉਹ ਆ ਗਿਆ 19 ਸੈਂਟੀਮੀਟਰ। 11 ਤੋਂ 12 ਹਿਪ ਦਾ 24ਵਾਂ ਹਿੱਸਾ 3.84 ਸੈਂਟੀਮੀਟਰ, ਇਹ ਆਪਣਾ ਜਿਹੜਾ ਹੈ ਫਲਾਈ ਐਕਸਟੈਂਸ਼ਨ ਉਸ ਵਾਸਤੇ ਵਧਾਇਆ ਹੈ ਜਿਸ ਦੇ ਥੱਲੇ ਆਪਣੀ ਜਿਪ ਲੱਗਦੀ ਹੈ, ਜਿਪ ਤੋਂ ਆਪਾਂ ਫਲਾਈ ਜਿਹੜੀ ਅੱਗੇ ਵੱਧਦੀ ਹੈ ਉਹ ਫਲਾਈ ਨੂੰ ਫਲਾਈ ਐਕਸਟੈਂਸ਼ਨ ਵਾਸਤੇ ਹਿਪ ਦਾ 1/24 3.84 ਸੈਂਟੀਮੀਟਰ। 12 ਤੋਂ 13 8 ਤੋਂ 9 ਦੇ ਬਰਾਬਰ, 9 ਤੋਂ 14 14 ਤੋਂ 15 ਕਮਰ ਦਾ ਚੌਥਾ ਹਿੱਸਾ 19 ਸੈਂਟੀਮੀਟਰ, ਇਹ ਆਪਣਾ ਹੈ ਵੇਸਟ ਬੈਂਡ, ਰਾਈਟ ਐਂਡ ਲੈਫਟ ਵੇਸਟ ਬੈਂਡ। ਨੈਕਸਟ ਆਪਣੇ ਕੋਲ ਹੈ ਡਰਾਫਟਿੰਗ ਆਫ ਸਾਈਡ ਪੋਕਿਟ ਪਾਊਚ। ਸਾਈਡ ਪੋਕਿਟ ਪਾਊਚ ਜਿਹੜੀ ਕਿ ਸਾਈਡ ਜੇਬ ਲਗਾਉਣੀ ਆਪਾਂ, ਉਹਦਾ ਪਾਊਚ ਆਪਾਂ ਕਿਵੇਂ ਤਿਆਰ ਕਰਨਾ ਹੈ, 0 ਤੋਂ 1 ਹਿਪ ਦਾ 1/3 +5 ਸੈਂਟੀਮੀਟਰ ਲੈਂਥ, ਟੋਟਲ ਆ ਗਿਆ 36 ਸੈਂਟੀਮੀਟਰ। 0 ਤੋਂ 2 ਹਿਪ ਦਾ 1/6 +2.5 ਸੈਂਟੀਮੀਟਰ, 18 ਸੈਂਟੀਮੀਟਰ ਇਹਦੀ 0 ਤੋਂ 2 ਚੌੜਾਈ। 0, 1, 2, 3 ਖਾਨਾ ਤਿਆਰ ਹੋ ਗਿਆ ਆਪਣੇ ਕੋਲ। ਨੈਕਸਟ ਹੈ 2 ਤੋਂ 4 2.5 ਸੈਂਟੀਮੀਟਰ ਸ਼ੇਪ ਲਈ। ਨੈਕਸਟ ਹੈ 3 ਤੋਂ 5 ਹਿਪ ਦਾ 1/12 3 ਤੋਂ 5 ਥੱਲੋਂ ਆਪਾਂ ਲੈਣਾ, ਹਿਪ ਦਾ 1/12 7.65 ਸੈਂਟੀਮੀਟਰ, 5 ਤੋਂ 6 1 ਸੈਂਟੀਮੀਟਰ, 3 ਤੋਂ 7 ਅਤੇ 1 ਤੋਂ 3 ਦਾ ਅੱਧ ਕਰਕੇ ਲਿਆ ਆਪਾਂ 7 ਨੰਬਰ ਪੁਆਇੰਟ, 6 ਤੋਂ 7 ਨੂੰ ਸ਼ੇਪ ਦਿਓ। ਇਹ ਸੀ ਤੁਹਾਡਾ ਸਾਈਡ ਪੋਕਿਟ ਦਾ ਪਾਊਚ। ਨੈਕਸਟ ਆਪਣੇ ਕੋਲ ਹੈ ਡਰਾਫਟਿੰਗ ਆਫ ਜੀਨ ਪੈਂਟ। ਜੀਨਸ ਜਿਹੜੀ ਕਿ ਤੁਸੀਂ ਦੇਖਦੇ ਹੋ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਪਹਿਨਣ ਵਾਲਾ ਕੱਪੜਾ ਹੈ, ਲੜਕਿਆਂ ਤੋਂ ਛੋਟੀ ਉਮਰ ਦੇ ਟੀਨੇਜ਼ਰ ਤੋਂ ਲੈ ਕੇ ਸਾਰੇ ਹੀ ਲੜਕੇ ਜਾਂ ਲੜਕੀਆਂ ਇਸ ਨੂੰ ਪਹਿਨਦੇ ਨੇ, ਜ਼ਿਆਦਾ ਪਾਪੂਲਰ ਹੈ, ਇਸ ਲਈ ਇਸ ਦੀ ਡਰਾਫਟਿੰਗ ਜਿਹੜੀ ਹੈ ਉਹ ਤੁਹਾਡੇ ਨਾਲ ਅੱਜ ਸ਼ੇਅਰ ਕਰ ਰਹੇ ਹਾਂ। ਜ਼ਰੂਰੀ ਨਾਪ, ਇੰਪੋਰਟੈਂਟ ਮੈਜ਼ਰਮੈਂਟ ਆਫ ਡਰਾਫਟਿੰਗ, ਕੁਛ ਨਾਪ ਸੇਮ ਨੇ ਜੋ ਪਹਿਲਾਂ ਆਪਾਂ ਪੈਂਟ 'ਚ ਕੀਤੇ ਨੇ, ਸਿਰਫ ਬੋਟਮ ਦਾ ਆਪਾਂ ਜਿਹੜਾ ਹੈ ਇਸ ਦੇ ਵਿੱਚ ਚੇਂਜ ਕੀਤਾ ਹੈ। ਕੁੱਲ ਲੰਬਾਈ ਹੈ 104 ਸੈਂਟੀਮੀਟਰ, ਇਨਸਾਈਡ ਲੈਗ 73 ਸੈਂਟੀਮੀਟਰ, ਕਮਰ 76 ਸੈਂਟੀਮੀਟਰ, ਹਿਪ 92 ਸੈਂਟੀਮੀਟਰ, ਮੋਰੀ ਹੈ 36 ਸੈਂਟੀਮੀਟਰ, ਬੈਲਟ ਦੀ ਚੌੜਾਈ 4 ਸੈਂਟੀਮੀਟਰ। ਤਾਂ ਸ਼ੁਰੂ ਕਰਦੇ ਹਾਂ ਨੈਕਸਟ ਡਰਾਫਟਿੰਗ ਆਫ ਜੀਨ ਪੈਂਟ। 0 ਤੋਂ 1 ਕੁੱਲ ਲੰਬਾਈ, ਕੁਛ ਫਾਰਮੂਲੇ ਸੇਮ ਨੇ, ਜਿੱਥੇ ਥੋੜ੍ਹਾ ਜਿਹਾ ਚੇਂਜ ਹੋਏਗਾ ਉੱਥੇ ਥੋੜ੍ਹਾ ਜਿਹਾ ਜ਼ਿਆਦਾ ਜ਼ੋਰ ਨਾਲ ਤੁਹਾਨੂੰ ਸਮਝਾ ਦਾਂਗਾ। ਤਾਂ ਜੋ ਸੇਮ ਸੀ ਪਿਛਲੇ ਪੈਂਟ ਦੇ ਵਿੱਚ, 0 ਤੋਂ 1 ਲੰਬਾਈ ਦਾ ਫਾਰਮੂਲਾ ਸੇਮ ਹੈ, ਕੁੱਲ ਲੰਬਾਈ ਮਾਈਨਸ ਬੈਲਟ ਦੀ ਚੌੜਾਈ, 104 - 4 100 ਸੈਂਟੀਮੀਟਰ। ਨੈਕਸਟ ਹੈ 1 ਤੋਂ 2 ਇਨਸਾਈਡ ਲੈਗ ਸੇਮ ਉਹੀ, -1 ਸੈਂਟੀਮੀਟਰ 72 ਸੈਂਟੀਮੀਟਰ, 2 ਤੋਂ 3 1 ਤੋਂ 2 ਦਾ ਅੱਧ -5 ਸੈਂਟੀਮੀਟਰ, 72 ਦਾ 1/2 36 -5 31 ਸੈਂਟੀਮੀਟਰ, 2 ਤੋਂ 4 ਹਿਪ ਦਾ 1/4 +1.5 ਸੈਂਟੀਮੀਟਰ, 2 ਤੋਂ 4 ਪਲੱਸ ਹਿਪ ਦਾ 1/4 +1.5 ਸੈਂਟੀਮੀਟਰ। ਇੱਥੇ ਥੋੜ੍ਹਾ ਜਿਹਾ ਆਪਣਾ ਫਰਕ ਹੈ, ਆਪਾਂ ਪਿਛਲੇ ਪੈਂਟ ਦੇ ਵਿੱਚ 4 ਸੈਂਟੀਮੀਟਰ ਪਲੱਸ ਕੀਤਾ ਸੀ ਕਿਉਂਕਿ ਉਹ ਲੂਜ਼ ਪੈਂਟ ਸੀ। ਇੱਥੇ ਜਿਹੜੀ ਜੀਨ ਹੈ ਤੁਹਾਨੂੰ ਪਤਾ ਹੈ ਫਿਟਿੰਗ ਵਾਲੀ ਪੈਂਟ ਹੈ, ਇਸ ਦੇ ਵਿੱਚ ਹਿਪ ਦਾ 1/4 +1.5 ਸੈਂਟੀਮੀਟਰ, ਤਾਂ ਕਿੰਨਾ ਆ ਗਿਆ ਆਪਣੇ ਕੋਲ 23 +1.5 24.5 ਸੈਂਟੀਮੀਟਰ। 4 ਤੋਂ 5 0 ਤੋਂ 2 ਦੇ ਬਰਾਬਰ, 4 ਤੋਂ 5 ਉੱਪਰ ਨੂੰ, 0 ਤੋਂ 2 ਜਿੰਨਾ ਸੀ ਉਨਾ ਹੀ, 4 ਤੋਂ 5 ਕਰੋਚ ਗਰਥ। ਨੈਕਸਟ ਹੈ 0 ਤੋਂ 5 2 ਤੋਂ 4 ਦੇ ਬਰਾਬਰ, 0 ਤੋਂ 5 ਆਪਾਂ ਲਿਆ 2 ਤੋਂ 4 ਦੇ ਬਰਾਬਰ, ਇਹ ਚੌਰਸ ਖਾਨਾ ਤਿਆਰ ਹੋ ਗਿਆ। 5 ਤੋਂ 6 2 ਸੈਂਟੀਮੀਟਰ, 5 ਤੋਂ 6 2 ਸੈਂਟੀਮੀਟਰ ਸ਼ੇਪ ਦਿੱਤੀ ਹੈ ਕਮਰ ਵਾਸਤੇ, 4 ਤੋਂ 6 ਨੂੰ ਟੇਢੀ ਰੇਖਾ ਦੇ ਨਾਲ ਮਿਲਾ ਦਿੱਤਾ ਹੈ, 4 ਤੋਂ 7 ਅਤੇ 2 ਤੋਂ 8 ਇਹ ਹੈ ਆਪਣੀ ਹਿਪ ਲਾਈਨ। ਹਿਪ ਲਾਈਨ ਕਿੰਨੀ ਹੈ, ਹਿਪ ਦਾ 1/12 7.5 ਸੈਂਟੀਮੀਟਰ 'ਤੇ ਆਪਣੀ, 4 ਤੋਂ 7 ਅਤੇ 2 ਤੋਂ 8 7.5 ਸੈਂਟੀਮੀਟਰ।
छे तो नौ है कमर, कमर दा इक्वटा चार प्लस डेढ़ सेंटीमीटर ईज रखना है। ये देखो कोई आप डार्ट नहीं पाया फ्रंट दे विच, कोई प्लीट नहीं है, विदाउट प्लीट विदाउट डार्ट ये फ्रंट है। डेढ़ सेंटीमीटर सिर्फ तुसी ईज रखना है, कमर दा इक्वटा चार प्लस डेढ़ सेंटीमीटर 3.5 सेंटीमीटर। नेक्स्ट है 4 तो 10, हिप दा इक्वटा 12 माइनस 2.5 सेंटीमीटर। 4 तो 10 मतलब किया गया है क्रॉच एक्सटेंशन, हिप दा इक्वटा 12 7.5 माइनस 2.5 सेंटीमीटर अपनी 4 तो 10 क्रॉस क्रॉच एक्सटेंशन आ गए। 4 तो 11 2 सेंटीमीटर, 4 तो 11 गोलाई वास्ते आप 11 नंबर पॉइंट लिया है, 45 डिग्री के कोण के उपर 4 तो 11 का पॉइंट लेना है। 10 तो 11 11 तो 7 7 तो 6 6 तो 9 9 तो 2 तक सारा आप शेप दे विच मिला देना है। 2 तो 10 का अद करके उसनू 12 का नाम दो, सेम उही चीज है क्रीज लाइन लई आप 2 तो 10 का अद किया उन्होंने 12 नाम दिता है, तो क्रीज लाइन अपने को आ गई। 12 तो 13 13 तो 14 तक 90 डिग्री के कोण से आप थले खिंच ली, सेम उही है जिवें आप 2 तो 12 बराबर 3 तो 13 भी लै सकते हैं, 1 तो 14 भी लै सकते हैं, या 12 के उपरों आप 90 डिग्री के कोण उपर सीधी रेखा खिंचती वो अपनी की हो गया क्रीज लाइन हो गई। ये दोनों अलग अलग तां है ताकि तुहानू दोने फॉर्मूले पता लग जाए क्रीज लाइन आप लैनी कि 13 तो 15 13 तो 16 गोडे का आप जो नाप लेना है, बॉटम का 1/4 प्लस 1.5 सेंटीमीटर 10.5 सेंटीमीटर, 14 तो 17 14 तो 18 बॉटम, बॉटम का 1/4 9 सेंटीमीटर, 10 तो 19 2 सेंटीमीटर, 19 तो 15 तो 17 मिलाया, 2 तो 16 18 शेप विच मिलाया, 2 तो 16 लैग करव दे नाल और 18 सीधा मिलाता, और उस तरह ही 10 तो 15 शेप दे नाल मिलाता लैग करव। ये अपना सी जीन्स पेंट का फ्रंट की ड्राफ्टिंग, इस तो अगे आप करांगे बैक की ड्राफ्टिंग। बैक की ड्राफ्टिंग तुसी देख रहे हो 10 तो 20 अगे वधाना आपां, ये भी क्रॉच एक्सटेंशन है, हिप का 1/12 माइनस 2.5 सेंटीमीटर 5 सेंटीमीटर, 15 तो 21 3 सेंटीमीटर, 15 तो 21 अपना गोडे का जो आप अगे वधाया बैक, 17 तो 22 अपना मूरी का जो 2.5 सेंटीमीटर वधाया, 4 तो 23 हिप का 1/6 4 तो 23 हिप का 1/6 जो आप बैक की क्रॉच लेंथ वास्ते गुलाई पाने वास्ते है वह आप लिया। 19 तो 23 23 तो 24 मिलाते हुए 25 तक 2.5 सेंटीमीटर आप उपर नू बधाना है, उस तो बाद 20 तो 26 1 सेंटीमीटर 20 तो 26 बैक की जी आप गुलाई पानी है वास्ते थले नू कीता है। नैक्सट है 26 23 24 25 पिछले आसन की जी जो अपनी है शेप देनी है गुलाई दे विच, जो तुसी देख रहे हो पॉइंट 26 23 24 25 ये सारे अपना गुलाई दे विच बैक का आसन जो है उन्हों मिला देना है। नेक्स्ट है 25 तो 27 कमर, 25 तो 27 कमर का 1/4 प्लस 3 सेंटीमीटर है जो अपना डार्ट ले रखना है। कमर का अपना नाप है 76 सेंटीमीटर 1/4 19 प्लस 3 22 सेंटीमीटर अपने को ले आ गया 25 तो 27 25 तो 27 का अद करके अपना लेना है 28 नंबर पॉइंट जो कि अपना की है डार्ट की लोकेशन है। 28 उपर 6 सेंटीमीटर लंबा 3 सेंटीमीटर चौड़ा डार्ट बनाना है। 28 के उपर 28 सेंटर च रख के 1.5 सेंटीमीटर उधर 1.5 सेंटीमीटर उधर दोनों पासे डेढ़ डेढ़
और लंबा जो है 6 सेंटीमीटर डार्ट बनाना है। इस दे विच नेक्स्ट जो है एक 29 ते 3 नंबर पॉइंट में ऐड किया है, वो किस लिए किया है वो नेक्स्ट स्लाइड दे विच देखते हाँ। वो अपा ऐड किया सी बैक जोक जो कि तुसी देख रहे हो जीन्स पैंट दे विच बैक ते वी शेप, स्वीट हार्ट शेप या गोल शेप, कोई भी शेप दे विच जोक पाई होंगी है, वो उसका नाप किवें लेना है बैक दे विच। सिर्फ बैक नू हाईलाइट करके मैं दिखा रहा तुहानू, कुछ पॉइंट अपना उही रखे ने जिवें 27 तो 29 लेना है अपना साइड सीम दे उपर 4 सेंटीमीटर और 25 तो 30 लेना है अपना सेंटर सीम दे विच बैक दे किन्ना 9 सेंटीमीटर। ये इसनू 29 नू 3 नाल मिला देना है तो यह अपनी जो है बैक जोक है वो तैयार हो जाएगी। तो यह सी अपनी जीन्स पेंट की ड्राफ्टिंग। इस तो अगे है एनालिसिस ऑफ ट्राउजर फाउंडेशन। फाउंडेशन वट इज फाउंडेशन वो आप देखते हैं, अ पेंट इज डिवाइडेड एज इट्स फाउंडेशन द पार्ट अबव क्रॉच लैवल एंड इट्स लैग लाइन द पार्ट बिलो क्रॉच लैवल। फाउंडेशन की है क्रॉच लैवल जो तुम मैं दसिया सी जो लैग लाइन से टोरसो नू अलग अलग करता है उसनू क्रॉच लैवल कहते हैं। फाउंडेशन क्रॉच लैवल तो उपर जो पेंट का हिस्सा है उसनू फाउंडेशन बोलते हैं, बुनियाद आधार जो पेंट की बुनियाद है आधार है जिस दे उपर आधार से सारी पेंट की फिटिंग उस पर निर्भर करती है। नैक्सट है लैग लाइन द पार्ट बिलो क्रॉच लैवल। क्रॉच लैवल तो थले तुसी देखा होएगा सिर्फ लत्तां ही ने अपने कोले होर कुछ नहीं है जिदे विच लंबाई का अपन नाप लें या गोडे का नाप लें, जस्ट इन्ना की है जो मेन पेंट का आधार है बुनियाद है वो की है क्रॉच लैवल तो उपरला हिस्सा। नैक्सट है द फाउंडेशन ऑफ द पेंट दैट कवर द एरिया फ्रॉम वेस्ट टू क्रॉच। सेम उही गल आ गई, क्रॉच लैवल वेस्ट तो क्रॉच तक का जो एरिया है उसनू कवर करता है वो फाउंडेशन है। द पोर्शन ऑफ द पेंट दैट कवर द इनसाइड पार्ट ऑफ द लैग इज क्रॉच एक्सटेंशन। देखो जो लत्तां दे अंदरले हिस्से नू कवर करता है वो की है क्रॉच एक्सटेंशन है जो पहला आपां पढ़िया है। द लैग लेंथ ऑफ द क्रॉच एक्सटेंशन कंट्रोल द पेंट फाउंडेशन। ये एक बड़ी जरूरी गल है जो तुसी ध्यान नाल सुनो, जो क्रॉच एक्सटेंशन है वो किस चीज़ नू कंट्रोल करता है, फाउंडेशन ऑफ पेंट। सारी गल जो टिकी है क्रॉच एक्सटेंशन ते है। ਤੁਸੀਂ ਪੈਂਟ ਕਿੰਨੀ ਅੱਗੇ ਪੜ੍ਹਦੇ ਹਾਂ, ਦਾ ਲੋਂਗਰ ਇਹਦਾ ਕਰੋਚ ਐਕਸਟੈਂਸ਼ਨ, ਦਾ ਲੂਜ਼ਰ ਦਾ ਫਿਟ ਅਰਾਊਂਡ ਦਾ ਕਰੋਚ ਲੈਵਲ, ਦਾ ਸ਼ੋਰਟਰ ਦਾ ਕਰੋਚ ਐਕਸਟੈਂਸ਼ਨ, ਦਾ ਕਲੋਜ਼ਰ ਫਿਟ ਟੂ ਦਾ ਫਾਊਂਡੇਸ਼ਨ। ਨੈਕਸਟ ਕੀ ਹੈ ਇਹ, ਕਰੋਚ ਐਕਸਟੈਂਸ਼ਨ ਤੁਸੀਂ ਜਿੰਨੀ ਵਧਾਓਗੇ ਓਨੀ ਹੀ ਤੁਹਾਡੀ ਪੈਂਟ ਜਿਹੜੀ ਹੈ ਲੂਜ਼ ਬਣੇਗੀ। ਕਰੋਚ ਐਕਸਟੈਂਸ਼ਨ ਘੱਟ ਲਓਗੇ ਤੁਹਾਡੀ ਜਿਹੜੀ ਪੈਂਟ ਹੈ ਉਹ ਫਿੱਟ ਬਣੇਗੀ। ਇਸ ਦੇ ਵਿੱਚ ਇਹੀ ਦੱਸਿਆ ਗਿਆ ਜਿਹੜੀ ਕਰੋਚ ਐਕਸਟੈਂਸ਼ਨ ਹੈ ਉਹ ਫਾਊਂਡੇਸ਼ਨ ਨੂੰ ਕੰਟਰੋਲ ਕਰਦੀ ਹੈ, पेंट की फिटिंग नू कंट्रोल करती है। देर आर 4 मेजर पेंट फाउंडेशन। 5-4 तरह के मेजर जो ज़्यादा कह लें मशहूर कह लें आप मेजर फाउंडेशन ने, द फाउंडेशन आर करैक्टराइज बाय द स्पैशल वे इन विच ईच फिट्स द अबडोमन एंड बटक। फाउंडेशन नू किवें करैक्टराइज किया गया, उसनू फिटिंग के आधार पर करैक्टराइज किया गया, फाउंडेशन अबडोमन एंड बटक। अबडोमेन मतलब पेट, बटॉक्स मतलब कुल्ले जा जिन्हों आप हिप कह दें, उस दे उपर अपनी फिटिंग किमें है उस दे आधार दे उपर 4 कैटेगरीज दे विच पेंट नू वंडा गया जो कि नैक्सट स्लाइड पे तुसी देख रहे हो। क्लॉट हैंग्स अवे फ्रॉम अबडोमेन एंड बटॉक्स। क्लॉट्स जो तुसी फिगर दे विच देख रहे हो जिन्हों तुसी पैरलर पेंट या पैरलर प्लाजो या खुली मुरी वाले प्लाजो का नाम दे देने, वो किस कैटागरी आते हैं, क्लॉट मतलब पेट अते हिप तो यह थोड़े जे लूज होंगे ने, बहुत ज़्यादा लूज थले जाके होर भी लूज हो जाते। ट्राउजर्स हैंग्स स्ट्रेट फ्रॉम अबडोमन एंड बटक। हिप अते पेट तो बिल्कुल स्ट्रेट रहती है वह होंगी है ट्राउजर। स्लैक्स कप्स स्लाइटरी अंडर अबडोमन एंड बटक, थोड़ी जी हिप के उपर शेप देती है फिटिंग होंगी है, थले वह लत्तों को लूज होंगी है, उसनों स्लैक्स का नाम दिता जाता है।
नेक्स्ट है जीन्स, कंटोर्स, एब्डोमेन एंड बटक्स। हर एक जीन ज़्यादातर स्किनी टाइट के लिए क्लोज फिट के लिए वरती जाती है, जिस दे विच हर एक शरीर का जो अंग है वो उभर के सामने आता है, उन्होंने कंटूर कह दें। आप हिप का भी साइज अपन सेम पता लगता है, उस तरह ही थाइज थले अपना गोडा जा पिनी कह दें, उस बिल्कुल क्लोज फिट, उस करके जीन इज द कंटूर अबडोमन एंड बटॉक, मतलब प्रोपर उभार जेडे अपन हर एक शरीर के वो इस नज़र आते हैं। नैक्सट अपने को है ट्राउजर डेरीवेटिव। ट्राउजर डेरीवेटिव इज बिलोंग टू पेंट्स लेंथ। पढ़ते हैं अपा, पेंट डेरीवेटिव इज अ टर्म यूज टू डिस्क्राइब द लेंथ ऑफ पेंट वेन एवर इट्स ओरिजिनल हेमलाइन इज रेज और लॉर्ड। पेंट की जी हेमलाइन है जदों वह उपर या थले करते हैं, अपा पेंट की लेंथ न कंट्रोल करता है, उस वास्ते जो वर्ड यूज किया जाता है उसनों पेंट डेरीवेटिव बोलिया जाता है। द पेंट लेंथ वेरिएशन कैन बी अपलाइड यूजिंग एनी ऑफ द फाउंडेशन। पेंट के किसी भी फाउंडेशन मतलब किसी भी स्वरूप के जड़ी लेंथ वेरिएशन है वो असी कर सकते हैं। हाउ एवर द सिलैक्स एंड जीन्स आर द मोस्ट कॉमनली यूज टू डिवेलपिंग डेरीवेटिव। सिलैक्स जीन की पेंट जो है वो ज़्यादातर लेंथ जड़ी है डेरीवेटिव करन लई डिवेलप करन लई वरती जाती है। इट मस्ट बी कैप्ट इन माइंड दैट वाइल डिवेलपिंग फिटेड पैडल पुशर टोरिएडर एंड कैपरी लेंथ एंड ओपनिंग शुड बी प्रोवाइडेड एट द साइड सीम एट हेम और ईज ऑन फुट एंट्री। इते विच कुछ नाम आए ने जिमें पैडल पुशर टोरिएडर एंड कैपरी। मोस्टली बच्चों या ये कह लिए भी मैनू भी कुछ गलों का थोड़ी देर पहले ही पता लग गया कि टोरिएडर भी कोई चीज़ होंगी है, पैडल पुशर भी होंगे, कैपरी का नाम आप सारे सुनते हैं, आप गोड्या तो थले जो भी लेंथ आप रखते हैं उन्होंने आप कैपरी का नाम दे देने। बट अज असी इतने डिस्कस करांगे कि ये भी चीज़ा जो हैं अपने इस पेंट के विच आदि ने। तो इन्होंने कहा भी जो तुम जीन दे विच वेरिएशन कर रहे हो लंबाई का तो की बना रहे हो, पैडल पुशर बना रहे हो, टोरिएडर बना रहे हो या कैपरी बना रहे हो, तो वो की ख्याल रखना है जो तुम उन्होंने फिट बना रहे हो तो पैर का जोड़ा नाप है वो अपनी लत नालों हमेशा ज़्यादा है, तो इस करके पहनने वास्ते साइड के उपर आप स्लिट रखनी पेगी, ओपनिंग रखनी पेगी ताकि अपना जो पैर है आराम नाल एंटर कर सके। बिलो आर कॉमन पेंट लेंथ विद देयर स्टाइल नेम्स। अगली स्लाइड के उपर आप देखते हैं कि अलग अलग लेंथ दे विच स्टाइल दे विच उन्हां दे नाम की ने। ट्राउजर डेरीवेटिव, नाउ यू कैन ईजली लर्न अबाउट कॉमन पेंट लेंथ विद देयर स्टाइल नेम। वैसे तुसी देख के किसी नूं कह नहीं सकते, हमेशा तुसी कह देनो भी ये कैपरी है जां बरमूडा, दो ज़्यादा पॉपुलर नाम अपने कोल हैगे ने, बट तुहानूं दस रहे हैं भी अगे की है। शॉर्टी, नैक्सट है शॉर्ट्स, जमाइका, बरमूडाज, पैडल पुशर, टोरिएडर एंड कैपरी। ये सारे जिहड़े है तुसी फिगर दे विच देख रहे हो इन्हां दी लेंथ कित्थों तक है। शॉर्टी, शॉर्ट्स, जमाइका, बरमूडा, पैडल पुशर, टोरिएडर एंड कैपरी। थोड़ा जिहा तुहानूं पिक्चर दे नाल क्लीयर करांगा ये। नैक्सट स्लाइड ते आपां चलदे हां। सब तो पहला आपां लैणा है शॉर्टी। शॉर्टी का जो साइज है, नवजोत सर जी अपने को 5-6 मिनट रह गए, ठीक है जी। जी कोई जी, शॉर्टी जो है 4.5 सेंटीमीटर बिलो क्रॉच एट इनसीम एंडिंग। इनसीम दे विच 4.5 सेंटीमीटर मतलब 4.5 सेंटीमीटर थले नू और 2.5 सेंटीमीटर तो लेके 4.5 सेंटीमीटर क्रॉच लेवल तो साइड सीम तो उपर नू तुसी देख रहे हो वी शेप वाली इहदे च फीलिंग आ रही है। क्रॉच लेवल दे विच अंदरली सीम दे विच 4.5 सेंटीमीटर थले नू है और 2.5 तो 4.5 सेंटीमीटर उपर नू है, उसनू आपां बोलदे हां शॉर्टी, जो वी शेप दे आपां नू महसूस करांदी है कि वी शेप टाइप है। नैक्सट अपने कोल है शॉर्ट्स।
ਸ਼ਾਰਟਸ ਜੋ ਹੈ ਕ੍ਰੋਚ ਲੈਵਲ ਤੋਂ ਆਪਣਾ 5 ਸੈਂਟੀਮੀਟਰ ਥੱਲੇ ਜੋ ਆਪਾਂ ਲੈਂਥ ਰੱਖਦੇ ਹਾਂ ਉਸਨੂੰ ਸ਼ਾਰਟਸ ਕਿਹਾ ਜਾਂਦਾ ਹੈ। ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਨੈਕਸਟ ਆਪਣੇ ਕੋਲ ਹੈ ਜਮਾਇਕਾ। ਜਮਾਇਕਾ ਇਜ਼ ਦਾ ਮਿਡਵੇ ਬਿਟਵੀਨ ਕ੍ਰੋਚ ਐਂਡ ਨੀ। ਗੋਡੇ ਅਤੇ ਕ੍ਰੋਚ ਦੇ ਵਿਚਕਾਰ ਸੈਂਟਰ ਦੇ ਵਿੱਚ ਜਿਹਦੀ ਲੰਬਾਈ ਹੈ ਉਸਨੂੰ ਅਸੀਂ ਜਮਾਇਕਾ ਕਹਿੰਦੇ। ਨੈਕਸਟ ਹੈ ਬਰਮੁਡਾਸ। ਬਰਮੁਡਾਸ ਦੀ ਜੋ ਲੈਂਥ ਹੁੰਦੀ ਹੈ ਜਮਾਇਕਾ ਅਤੇ ਗੋਡੇ ਦੇ ਵਿਚਕਾਰ ਦੀ ਲੈਂਥ ਹੈ ਉਸਨੂੰ ਅਸੀਂ ਬਰਮੁਡਾਸ ਕਹਿੰਦੇ ਹਾਂ। ਨੈਕਸਟ ਹੈ ਪੈਡਲ ਪੁਸ਼ਰ। ਪੈਡਲ ਪੁਸ਼ਰ 5 ਸੈਂਟੀਮੀਟਰ ਡਾਊਨ ਫਰੋਮ ਨੀ, ਗੋਡੇ ਤੋਂ 5 ਸੈਂਟੀਮੀਟਰ ਥੱਲੇ ਤੱਕ ਜੋ ਲੰਬਾਈ ਹੈ ਉਸਨੂੰ ਅਸੀਂ ਪੈਡਲ ਪੁਸ਼ਰ ਦਾ ਨਾਮ ਦਿੰਦੇ ਹਾਂ। ਨੈਕਸਟ ਹੈ ਟੋਰੀਏਡਰ। ਆਮ ਤੌਰ ਤੇ ਇਸ ਲੰਬਾਈ ਨੂੰ ਆਪਾਂ ਕੈਪਰੀ ਦਾ ਨਾਮ ਦੇ ਦਿੰਦੇ ਹਾਂ, ਬਟ ਇਹ ਕੈਪਰੀ ਨਹੀਂ ਹੈ। ਕੈਪਰੀ ਦੀ ਜੋ ਅਸਲ ਲੈਂਥ ਹੈ ਉਹ ਵੀ ਤੁਹਾਨੂੰ ਦੱਸਾਂਗੇ। ਟੋਰੀਏਡਰ ਹੈ ਬਟਵੀਨ ਨੀ ਐਂਡ ਐਂਕਲ, ਗੋਡੇ ਅਤੇ ਗਿੱਟੇ ਦੇ ਵਿਚਕਾਰ ਦਾ ਜੋ ਹਿੱਸਾ ਹੈ ਉੱਥੋਂ ਤੱਕ ਜੋ ਲੈਂਥ ਆਪਾਂ ਰੱਖਦੇ ਹਾਂ ਉਸਨੂੰ ਟੋਰੀਏਡਰ ਦਾ ਨਾਮ ਦਿੱਤਾ ਜਾਂਦਾ। ਨੈਕਸਟ ਹੈ ਲਾਸਟ ਕੈਪਰੀ। 2.5 ਸੈਂਟੀਮੀਟਰ ਅਬਵ ਐਂਕਲ, ਗਿੱਟੇ ਤੋਂ 2.5 ਸੈਂਟੀਮੀਟਰ ਉੱਪਰ ਜੋ ਲੈਂਥ ਹੈ ਉਸਨੂੰ ਆਪਾਂ ਕੈਪਰੀ ਦਾ ਨਾਪ ਦਿੰਦੇ ਹਾਂ, ਜਿਹਨੂੰ ਆਪਾਂ ਐਂਕਲ ਕੱਟ ਪੈਂਟਸ ਜੋ ਚੱਲਦੀਆਂ ਨੇ ਉਹ ਸਾਰੀਆਂ ਕੈਪਰੀ ਲੈਂਥ ਦੇ ਵਿੱਚ ਆਉਂਦੀਆਂ ਨੇ। ਤਾਂ ਇਹ ਸਾਰਾ ਤੁਹਾਨੂੰ ਸਾਈਜ਼ ਦੱਸਣ ਦਾ ਕਾਰਨ ਹੈ ਕਿਉਂਕਿ ਇਸ ਦੇ ਵਿੱਚੋਂ ਵੀ ਤੁਹਾਡੇ ਮਲਟੀਪਲ ਚੋਇਸ ਕੁਐਸਚਨ ਬਣੇ ਨੇ। ਵਟ ਇਜ਼ ਦਾ ਲੈਂਥ ਆਫ ਕੈਪਰੀ, ਉੱਥੇ ਸਾਈਜ਼ ਦੇ ਦੇਣਗੇ ਤੁਹਾਨੂੰ ਮਿਡ ਵੇ ਇਨ ਦਾ ਕਾਫ, ਗੋਡੇ ਤੋਂ ਥੱਲੇ, ਕੁਛ ਇੱਦਾਂ ਦੀਆਂ ਆਪਸ਼ਨਸ ਆਉਣਗੀਆਂ। ਅਗਰ ਉਹਦੇ ਵਿੱਚ ਹੈ 2.5 ਸੈਂਟੀਮੀਟਰ ਅਬਵ ਐਂਕਲ, ਦਿਸ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ ਸਟਾਈਲ ਵੇਰੀਏਸ਼ਨ। ਸਟਾਈਲ ਵੇਰੀਏਸ਼ਨ ਇਨ ਗਾਰਮੈਂਟ ਆਰ ਆਲਸੋ ਕ੍ਰੀਏਟਡ ਬਾਏ ਮੇਕਿੰਗ ਮੋਡੀਫਿਕੇਸ਼ਨ ਟੂ ਦਾ ਵੇਰੀਅਸ ਕੰਪੋਨੈਂਟ ਸੱਚ ਐਸ ਪਲੀਟਸ ਐਂਡ ਪੋਕੇਟ। ਇਸ ਵਸਤਰ ਦੇ ਵਿੱਚ, ਪੈਂਟ ਦੇ ਵਿੱਚ ਸਟਾਈਲ ਵੇਰੀਏਸ਼ਨ ਕੀਤੇ ਜਾ ਸਕਦੇ ਨੇ ਪਲੀਟਸ ਅਤੇ ਜੇਬਾਂ ਵਿੱਚ ਥੋੜ੍ਹਾ ਜਿਹਾ ਬਦਲਾਓ ਕਰਕੇ। ਨੈਕਸਟ ਦੇਖਦੇ ਹਾਂ ਬੈਕ ਪੋਕੇਟ। ਦੇਖ ਰਹੇ ਹੋ ਤੁਸੀਂ ਸਭ ਤੋਂ ਪਹਿਲੀ ਫਿਗਰ ਦੇ ਵਿੱਚ ਕੋਈ ਬੈਕ ਪੋਕੇਟ ਨਹੀਂ ਲੱਗੀ ਹੈ। ਨੈਕਸਟ ਜਿਹੜੀ ਫਿਗਰ ਹੈ ਉਸ ਦੇ ਵਿੱਚ ਫਲੈਪਸ ਲੱਗੇ ਨੇ ਬੈਕ ਦੇ ਉੱਪਰ, ਬੈਕ ਪੋਕੇਟ ਦੇ ਉੱਪਰ ਫਲੈਪ ਲੱਗੇ ਨੇ। ਨੈਕਸਟ ਹੈ ਸਿਰਫ ਬਟਨ ਲੱਗਿਆ ਹੈ ਜੋ ਆਪਣੀ ਬਾਉਂਡ ਪੋਕੇਟ ਬਣੀ ਹੋਈ ਹੈ, ਪਿੱਛਾਂ ਜਿਹਨੂੰ ਕਹਿ ਦਿੰਦੇ ਨੇ 2-ਪੀਸ ਬਾਉਂਡ ਪੋਕੇਟ ਹੈ ਇਹ। ਇਹਦੇ ਵਿੱਚ ਸਿਰਫ ਬਟਨ ਲੱਗੇ ਨੇ। ਨੈਕਸਟ ਹੈ ਟੈਬਸ। ਟੈਬਸ ਆਪਾਂ ਲੁੱਪੀ ਨੂੰ ਕਹਿ ਦਿੰਦੇ ਹਾਂ, ਜਿਹਦੇ ਵਿੱਚ ਲੁੱਪੀ ਲਗਾ ਕੇ ਇੱਕ ਥੱਲੇ ਬਟਨ ਲਗਾ ਦਿੱਤਾ ਜਾਂਦਾ ਅਤੇ ਉਸਨੂੰ ਬੰਦ ਕੀਤਾ ਜਾਂਦਾ ਹੈ। ਇਹ ਹੈ ਬੈਕ ਦੇ ਪੋਕੇਟ। ਨੈਕਸਟ ਹੈ ਪਲੀਟਸ। ਪਲੀਟਸ ਦੇ ਨਾਲ ਆਪਾਂ ਕੀ ਵੇਰੀਏਸ਼ਨ ਕਰਦੇ ਹਾਂ, ਵੈਸੇ ਇਹ ਰਿਲੇਟ ਕਰਦਾ ਹੈ ਤੁਹਾਡੀ ਚੋਇਸ ਦੇ ਵੀ ਤੁਸੀਂ ਲੂਜ਼ ਪਾਉਂਦੇ ਹੋ ਟਾਈਟ ਪਾਉਂਦੇ ਹੋ, ਬਟ ਅੱਜ ਕੱਲ੍ਹ ਟਾਈਟ ਲੂਜ਼ ਦੀ ਬਜਾਏ ਇਹ ਇੱਕ ਫੈਸ਼ਨ ਦੀ ਤਰ੍ਹਾਂ ਹੀ ਯੂਜ਼ ਹੋਣ ਲੱਗੇ ਨੇ। ਨੋ ਪਲੀਟਸ, ਫਲੈਟ ਫਰੰਟ, ਮਤਲਬ ਕੋਈ ਵੀ ਪਲੀਟ ਨਹੀਂ ਪਾਇਆ ਹੋਇਆ ਬਟ ਕਰੀਜ਼ ਬਣਾਈ ਹੋਈ ਹੈ ਸੈਂਟਰ ਦੇ ਵਿੱਚ, ਕੀ ਹੈ ਕਰੀਜ਼ ਬਣੀ ਹੋਈ ਹੈ ਪਰ ਪਲੀਟ ਕੋਈ ਨਹੀਂ ਪਾਇਆ ਹੋਇਆ। ਨੈਕਸਟ ਹੈ ਸਿੰਗਲ ਪਲੀਟ ਪਾਇਆ ਹੋਇਆ ਹੈ ਬਿਲਕੁਲ ਸੈਂਟਰ ਦੇ ਵਿੱਚ। ਉਸ ਤੋਂ ਬਾਅਦ ਹੈ ਡਬਲ ਪਲੀਟ, ਜੋ ਆਪਾਂ ਡਰਾਫਟਿੰਗ ਕੀਤੀ ਹੈ ਪੈਂਟ ਦੀ ਉਹਦੇ ਵਿੱਚ ਡਬਲ ਪਲੀਟ ਪਾਇਆ ਹੈ। ਫਸਟ ਜਿਹੜਾ ਵੱਡਾ ਪਲੀਟ ਹੈ ਉਹ ਕਰੀਜ਼ ਦੇ ਉੱਪਰ ਹੈ ਔਰ ਸੈਕਿੰਡ ਥੋੜ੍ਹਾ ਜਿਹਾ ਹਟ ਕੇ ਹੈ। ਨੈਕਸਟ ਚੋਇਸ ਇਜ਼ ਯੂਅਰਸ। ਇਹ ਕਹਿ ਰਹੇ ਨੇ ਵੀ ਤੁਹਾਡੀ ਚੋਇਸ ਹੈ, ਵਿਚ ਆਰ ਯੂ, ਤੁਸੀਂ ਕੀ ਹੋ। ਨਨ ਆਰ ਰੋਂਗ, ਕੋਈ ਵੀ ਇਹਦੇ 'ਚ ਗਲਤ ਨਹੀਂ ਹੈ। ਆਲ ਕੈਨ ਵਰਕ ਇਨ ਦਾ ਵਰਕ ਪਲੇਸ, ਸਾਰੇ ਹੀ ਆਪਣੇ ਕੰਮ ਵਾਲੀ ਜਗ੍ਹਾ 'ਤੇ ਕੰਮ ਕਰ ਸਕਦੇ ਹੈ। ਨੋ ਵਟ ਵਰਕਸ ਯੂਅਰ ਐਂਡ ਨੋ ਯੂਅਰ ਪਰਸਨ ਬ੍ਰੈਂਡ, ਮਤਲਬ ਤੁਹਾਡੀ ਚੋਇਸ ਹੈ। ਤੁਸੀਂ ਮਿਡ ਲਾਈਫ ਪਲੀਟਡ, ਮਤਲਬ ਸਿੰਗਲ ਪਲੀਟ ਪਾਉਣਾ ਚਾਹੁੰਦੇ ਹੋ, ਮਾਡਰਨ ਪਲੀਟਡ ਦੋ ਪਲੀਟ ਪਾਉਣਾ ਚਾਹੁੰਦੇ ਹੋ, ਫਲੈਟ ਫਰੰਟ ਮਤਲਬ ਬਿਨਾਂ ਪਲੀਟ ਤੋਂ ਕਰੀਜ਼ ਵਾਲੀ ਪੈਂਟ ਪਾਉਣਾ ਚਾਹੁੰਦੇ ਹੋ। ਔਰ ਨੈਕਸਟ ਹੈ ਫੈਸ਼ਨ ਫਾਰਵਰਡ ਫਲੈਟ ਫਰੰਟ। ਫੈਸ਼ਨ ਫਾਰਵਰਡ ਫਲੈਟ ਫਰੰਟ ਮਤਲਬ ਫਰੰਟ ਦੇ ਵਿੱਚ ਕੋਈ ਪਲੀਟ ਨਹੀਂ ਹੈ ਬਟ ਉਹਦੇ ਵਿੱਚ ਕਰੀਜ਼ ਵੀ ਨਹੀਂ ਬਣੀ ਹੈ, ਇਹਦੀ ਪ੍ਰੈਸ ਜੋ ਹੈ ਆਪਾਂ ਸਾਈਡ 'ਤੇ ਸਿਲਾਈ ਦੇ ਉੱਪਰ ਕਰਦੇ ਹਾਂ। ਤਾਂ ਇਹ ਮੇਰਾ ਅੱਜ ਦਾ ਲੈਕਚਰ ਸੀ, ਜੋ ਕਿ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਇਆ ਹੈਗਾ। ਤਾਂ ਨੈਕਸਟ ਆਪਣੇ ਕੋਲ ਕੁਐਰੀਜ਼, ਜੇ ਕਿਸੇ ਬੱਚੇ ਦੀ ਕੋਈ ਕੁਐਰੀ ਹੈ ਤਾਂ ਤੁਸੀਂ, ਮੇਰਾ ਖਿਆਲ ਹੁਣ ਆਪਣੇ ਕੋਲ ਟਾਈਮ ਥੋੜ੍ਹਾ ਘੱਟ ਬਚਿਆ ਹੈ, ਮੇਰਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲੈਣਾ। ਔਰ ਹੈਲੋ ਹੈਲੋ ਸਰ, ਹੈਲੋ ਸਰ ਜੀ, ਇੱਕ ਰਿਕੁਐਸਟ ਹੈ, ਤੁਸੀਂ ਸਾਰੀਆਂ ਸਲਾਈਡਸ ਰਿਪੀਟ ਕਰ ਦਿਓ ਸਟਾਰਟਿੰਗ ਤੋਂ। ਹੈਲੋ
ਸਤਿ ਸ਼੍ਰੀ ਅਕਾਲ ਸਰ। ਹੈਲੋ ਨਵਜੋਤ ਸਰ, ਹੈਲੋ, ਹੈਲੋ, ਨਵਜੋਤ ਸਰ ਅਨਮਿਊਟ ਕਰਿਓ ਜੀ, ਕੁਐਰੀਜ਼ ਨੇ ਅਨਮਿਊਟ ਕਰਿਓ। ਹੈਲੋ, ਹਾਂਜੀ ਮੈਮ, ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੈਡਮ, ਮਨਜਿੰਦਰ ਬੋਲ ਰਹੀ ਹਾਂ ਫਤਿਹਗੜ੍ਹ ਚੂੜੀਆਂ ਤੋਂ। ਬਿਲਕੁਲ ਮੈਮ, ਤੁਹਾਡੀ ਆਵਾਜ਼ ਹੀ ਕਾਫੀ ਹੈ ਜੀ ਪਛਾਣਨ ਲਈ। ਹਾਂਜੀ ਸਰ, ਬਹੁਤ ਬਹੁਤ ਹੀ ਇਫੈਕਟਿਵ ਲੈਕਚਰ ਸੀ, ਔਰ ਛੱਡਣ ਵਾਲੀ ਕੋਈ ਪੁਆਇੰਟ ਨਹੀਂ ਸੀ ਕਿ ਜਿਹੜਾ ਬੰਦਾ ਆਪਣਾ ਧਿਆਨ ਇੱਧਰ ਉੱਧਰ ਕਰ ਲੇ। ਔਰ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਵੀ ਇਹਦਾ ਬਹੁਤ ਫਾਇਦਾ ਹੋਏਗਾ, ਔਰ ਕਾਫੀ ਕੁਛ ਸਿੱਖਣ ਨੂੰ ਮਿਲਿਆ ਇਹਦੇ ਵਿੱਚ, ਨਵੀਂ ਟੈਕਨੀਕਸ, ਨਵੇਂ ਸਟਾਈਲ, ਕੁਛ ਨਵੇਂ ਨਾਮ ਜਿਹੜੇ ਕਿ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਹੁੰਦੇ ਨੇ। ਬਹੁਤ ਹੀ ਨਾਈਸ ਪ੍ਰੈਪਰੇਸ਼ਨ ਸੀ ਤੁਹਾਡੇ ਲੈਕਚਰ ਦੀ, ਤੁਹਾਡੇ ਲੈਕਚਰ ਇੰਨੇ ਵਧੀਆ ਹੁੰਦੇ ਸਰ, ਉਹਨੂੰ ਦੋ ਭਾਗਾਂ ਵਿੱਚ ਦਿਆ ਕਰੋ ਕਿਉਂਕਿ ਕਾਫੀ ਕੁਛ ਜ਼ਿਆਦਾ ਸਿੱਖਣ ਨੂੰ ਮਿਲਦਾ, ਔਰ ਡਿਵਾਈਡ ਕਰ ਲਿਆ ਕਰੋ ਲੈਕਚਰ ਨੂੰ। ਹਾਂਜੀ ਨਵਜੋਤ ਸਰ, ਹਾਂਜੀ ਨਵਜੋਤ ਸਰ, ਹਾਂਜੀ ਬਹੁਤ ਵਧੀਆ ਲੈਕਚਰ ਰਿਹਾ ਸਰ ਜੀ। ਤੇਰੀ ਜਿਹੜੀ ਤੁਸੀਂ ਡਰਾਫਟਿੰਗ ਜੀਨ ਦੀ ਕਰਾਈ ਹੈ ਨਾ, ਉਹ ਬੱਚਿਆਂ ਨੂੰ ਬਿਲਕੁਲ ਨਹੀਂ ਸੀ ਪਤਾ ਹੈਗੀ, ਤੇ ਉਹ ਜਿਹੜੀ ਜੀਨ ਦੀ ਡਰਾਫਟਿੰਗ ਦੇ ਨਾਲ ਬੱਚਿਆਂ ਨੂੰ ਕਾਫੀ ਨੌਲੇਜ ਮਿਲੀ ਹੈ। ਤੇ ਬਾਕੀ ਜਿਹੜੀਆਂ ਕੈਪਰੀਜ਼ ਦੀਆਂ ਲੈਂਥ, ਟੋਰੀਡੋਰ ਦੀ ਲੈਂਥ, ਇਹਨਾਂ ਦੀ ਲੈਂਥ ਜਿਹੜੀ ਤੁਸੀਂ ਦੱਸੀ ਹੈ ਤੇ ਟਰਮੀਨੋਲੋਜੀ ਜਿਹੜੀ ਦੱਸੀ ਹੈ, ਬੱਚੇ ਆਪਣੇ ਕੁਐਸਚਨ ਆਨਸਰ ਬਹੁਤ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਨੇ ਹੁਣ ਪੇਪਰ ਦੇ ਵਿੱਚ। ਥੈਂਕ ਯੂ ਜੀ, ਥੈਂਕ ਯੂ ਸਰ। ਹਾਂਜੀ ਮੈਮ, ਹਾਂਜੀ ਸਰ, ਬਹੁਤ ਵਧੀਆ ਲੈਕਚਰ ਸੀ ਤੁਹਾਡਾ, ਵੇਰੀਏਸ਼ਨਸ ਬਹੁਤ ਜ਼ਿਆਦਾ ਸੀਗੇ, ਬੱਚਿਆਂ ਨੂੰ ਬਹੁਤ ਜ਼ਿਆਦਾ ਸਿੱਖਣ ਨੂੰ ਮਿਲਿਆ ਹੋਏਗਾ, ਸਾਨੂੰ ਵੀ ਸਿੱਖਣ ਨੂੰ ਮਿਲਿਆ ਹੈ ਕਈ ਚੀਜ਼ਾਂ ਤਾਂ, ਕਿਉਂਕਿ ਤੁਸੀਂ ਇੰਨੀ ਜ਼ਿਆਦਾ ਲੈਬੋਰੇਟ ਕੀਤਾ ਸੀ ਆਪਣਾ ਟੌਪਿਕ, ਬਹੁਤ ਮਾਈਂਡ ਬਲੋਇੰਗ ਟੌਪਿਕ ਸੀ ਸਰ। ਥੈਂਕ ਯੂ, ਥੈਂਕ ਯੂ, ਥੈਂਕ ਯੂ ਮੈਮ। ਨਵਜੋਤ ਸਰ, ਹੈਲੋ ਨਵਜੋਤ ਸਰ, ਸਤਿ ਸ਼੍ਰੀ ਅਕਾਲ ਜੀ, ਜਸਵਿੰਦਰ ਬੋਲਦੀ ਹਾਂ ਸਰ, ਬਹੁਤ ਵਧੀਆ ਲੈਕਚਰ ਸੀ ਸਰ ਤੁਹਾਡਾ ਜੀ, ਬਹੁਤ ਹੀ ਵਧੀਆ ਲੈਕਚਰ ਸੀ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਮੈਮ, ਥੈਂਕ ਯੂ ਜੀ। ਬਹੁਤ ਹੀ ਵਧੀਆ ਤਰੀਕੇ ਨਾਲ ਸਰ, ਇਵਨ ਮੇਰੇ ਸਟੂਡੈਂਟਸ ਵੀ ਤਾਂ ਮੈਸੇਜ ਕਰ ਰਹੇ ਹਨ ਕਿ ਬਹੁਤ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ ਹੈ। ਥੈਂਕ ਯੂ ਮੈਮ, ਥੈਂਕ ਯੂ ਸਰ, ਐਕਸੀਲੈਂਟ ਸੀ ਜੀ ਲੈਕਚਰ। ਹਾਂਜੀ ਬੇਟਾ, ਕਿਸੇ ਬੱਚੇ ਦੀ ਕੋਈ ਕੁਐਰੀ ਹੈ ਤਾਂ ਪਲੀਜ਼ ਮੇਰਾ ਕੰਟੈਕਟ ਨੰਬਰ। ਜੋ ਸਰ ਇੱਕ ਰਿਕੁਐਸਟ ਹੈ ਜੀ, ਇੱਕ ਵਾਰੀ ਸਾਰੀਆਂ ਸਲਾਈਡਸ ਰਿਪੀਟ ਕਰ ਦਿਓ ਸਰ ਪਲੀਜ਼, ਸਟਾਰਟਿੰਗ ਤੋਂ। ਕੋਈ ਗੱਲ ਨਹੀਂ ਮੈਮ, ਮੈਂ ਤੁਹਾਨੂੰ ਪੀਡੀਐਫ ਫਾਈਲ ਹੀ ਭੇਜ ਦਾਂਗਾ। ਓਕੇ ਸਰ ਜੀ, ਥੈਂਕ ਯੂ, ਥੈਂਕ ਯੂ ਸੋ ਮਚ। ਓਕੇ ਹਾਂਜੀ ਬੇਟਾ, ਜੇ ਕਿਸੇ ਬੱਚੇ ਦੀ ਕੋਈ ਕੁਐਰੀ ਹੈ ਤਾਂ ਪਲੀਜ਼ ਸ਼ੇਅਰ ਕਰ ਲਓ। ਐਡੀ ਬਾਹਰ ਜਾਓ ਕੋਈ ਆਉਂਦਾ। ਹੈਲੋ, ਹਾਂਜੀ ਸਰ, ਛਾ ਗਏ ਜੀ, ਬਹੁਤ ਅੱਛੇ। ਕੌਣ ਬੋਲ ਰਿਹਾ ਬੇਟਾ? ਹੈਲੋ ਟੀਚਰ ਵੀਰਪਾਲ ਕੌਰ ਜੀ, ਸਰ ਆਪਾਂ ਕਰੀਏ ਓਵਰ ਜੀ। ਹਾਂਜੀ, ਤਾਂ ਆਪਣੀ ਗੱਲ ਕਰ ਰਹੇ ਹਾਂ ਮਿਸ਼ਨ ਫਤਿਹ, ਜਿਸ ਦੇ ਵਿੱਚ ਆਪਣਾ ਸਟੇ ਹੋਮ ਸਟੇ ਲਾਈਫ। ਅੱਛਾ, ਸਟੈਪ 1 ਸਟੇ ਹੋਮ, ਕਰ ਰਹੋ ਸੁਰੱਖਿਅਤ ਰਹੋ, ਕੀਪ ਅ ਸੇਫ ਡਿਸਟੈਂਸ। ਅੱਛਾ, ਨੈਕਸਟ ਸਟੈਪ ਸੋਣਾ ਲੱਗ ਗਿਆ। ਹੈਂਡਸ ਓਪਨ, ਨਹੀਂ ਨਹੀਂ ਜਲੂਸ। ਹਾਂ, ਅਗਰ ਤੁਸੀਂ ਬਿਮਾਰ ਫੀਲ ਕਰ ਰਹੇ ਹੋ ਤਾਂ 104 ਨੰਬਰ ਦੇ ਉੱਪਰ ਕਾਲ ਕਰੋ। ਇਹ ਕਰ ਲਓ। ਥੈਂਕਸ, ਥੈਂਕਸ ਟੂ ਆਲ ਐਂਡ ਆਵਰ ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀ ਟ੍ਰੇਨਿੰਗ ਪੰਜਾਬ, ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ। ਮੇਰਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ, 9463038795। ਯੂ ਕੈਨ ਈਮੇਲ ਮੀ navjotvatu@gmail.com। ਥੈਂਕ ਯੂ ਆਲ, ਥੈਂਕ ਯੂ ਵੈਰੀ ਮਚ, ਥੈਂਕ ਯੂ।